ਚਰਚਾ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਅੱਜ ਇੱਕ ਨਿਊਜ਼ ਆਈਟਮ ਤੁਸੀਂ ਦੇਖੀ ਹੋਊ ਅਖਬਾਰਾਂ ਦੇ ਵਿੱਚ, ਜਿਹੜਾ ਦੇਸ਼ ਦਾ ਸਰਕਾਰੀ ਮੀਡੀਆ ਹੈ, ਦੂਰਦਰਸ਼ਨ ਹੈ, ਜਿਹੜਾ ਪਬਲਿਕ ਜਿਹੜਾ ਬ੍ਰੌਡਕਾਸਟਿੰਗ ਪ੍ਰਸਾਰ ਭਾਰਤੀ, ਜਿਹਨੂੰ TMC ਦੇ ਜਿਹੜੇ ਸਾਂਸਦ ਜਵਾਹਰ ਸਰਕਾਰ ਨੇ ਕਿਹਾ ਹੈ ਪ੍ਰਚਾਰ ਭਾਰਤੀ ਹੈ। ਕਿਉਂ ਕਿਹਾ ਇਹ? ਉਹ ਇਸ ਕਰਕੇ ਕਿਹਾ ਕਿ ਜਿਹੜਾ DD ਨਿਊਜ਼ ਹੈ ਉਸਦਾ ਲੋਗੋ ਬਦਲ ਦਿੱਤਾ ਗਿਆ, ਉਹਦਾ ਰੰਗ ਬਦਲ ਦਿੱਤਾ ਗਿਆ। ਲੋਗੋ ਉਹੀ ਆ, ਤਾਂ ਰੰਗ ਸੰਤਰੀ ਹੈ, ਭਗਵਾਂ ਕਰਤਾ। ਹਾਲਾਂਕਿ ਜਿਹੜੇ CEO ਨੇ DD ਦੇ ਨਿਊਜ਼ ਦੇ, ਉਹ ਕਹਿੰਦੇ ਕਿ ਜੀ ਅਸੀਂ ਸੰਤਰੀ ਕੀਤਾ, ਭਗਵਾਂ ਨਹੀਂ ਕੀਤਾ। ਪਰ ਰੌਲਾ ਇਹੀ ਹੈ ਕਿ ਹੁਣ ਦੂਰਦਰਸ਼ਨ ਵੀ ਭਗਵਾਂ ਕਰਨ ਹੋ ਗਿਆ ਉਸਦਾ, ਇਹ ਗੱਲ ਚੱਲ ਰਹੀ ਹੈ। ਖੈਰ, ਅੱਜ ਸਾਡਾ ਜਿਹੜਾ ਟੌਪਿਕ ਹੈ ਇਹਦੇ ਨਾਲ ਰਿਲੇਟਡ ਹੈ ਕਿ ਜਿਹੜੀ ਮੀਡੀਆ ਦੀ ਭੂਮਿਕਾ ਹੈ, ਇਹ ਤਾਂ ਸਾਰੇ ਕਹਿੰਦੇ ਨੇ ਕਿ ਜੀ ਇਹ ਲੋਕਤੰਤਰ ਦੇ ਜੇ ਚਾਰ ਪਹੀਏ ਨੇ, ਤੇ ਉਹਨਾਂ ਚੋਂ ਇੱਕ ਅਹਿਮ ਜਿਹੜਾ ਪਹੀਆ ਹੈ ਇਸਨੂੰ ਰੇੜਨ ਵਾਲਾ, ਇਸਨੂੰ ਅੱਗੇ ਵਧਾਉਣ ਵਾਲਾ, ਉਹ ਮੀਡੀਆ ਹੁੰਦਾ। ਲੇਕਿਨ ਮੀਡੀਆ ਜਦੋਂ ਉਹਦੀ ਅੱਖ ਚ ਟੀਰ ਪੈ ਜੇ ਤੇ ਮੀਡੀਆ ਸਿਰਫ ਇੱਕ ਪਾਸੇ ਹੀ ਦੇਖੇ ਜਾਂ ਇੱਕ ਦੀ ਉਹ ਗੱਲ ਕਰੇ, ਮੀਡੀਆ ਬਾਇਸਡ ਹੋ ਜੇ, ਮੀਡੀਆ ਅਲਾਰ ਹੋ ਜੇ, ਉਦੋਂ ਫਿਰ ਲੋਕ ਸਭਾ ਚ ਕਿਸ ਕਿਸਮ ਦੀ ਭੂਮਿਕਾ ਉਹਦੀ ਰਹਿ ਜਾਂਦੀ ਹੈ? ਚੋਣਾਂ ਹੋ ਰਹੀਆਂ ਨੇ, ਭੂਮਿਕਾ ਤਾਂ ਹਮੇਸ਼ਾ ਮੀਡੀਆ ਦੀ ਰਹੀ ਹੈ। ਆਪਾਂ ਗੱਲ ਅੱਜ ਲੋਕ ਸਭਾ ਚੋਣਾਂ ਚ ਮੀਡੀਆ ਦੀ ਭੂਮਿਕਾ ਦੀ ਕਰ ਰਹੇ ਹਾਂ, ਤੇ ਉਹਦੇ ਚ ਬਹੁਤ ਸਾਰਾ ਜਿਹੜਾ ਮੁੱਖ ਧਾਰਾ ਦਾ ਮੀਡੀਆ, ਨੈਸ਼ਨਲ ਚੈਨਲ ਨੇ ਜਿਹੜੇ ਸਾਡੇ, ਜਿਹੜੇ ਆਮ ਲੋਕਾਂ ਤੱਕ ਜਾਂਦੇ ਨੇ, ਉਹਨਾਂ ਤੇ ਇੱਕੋ ਚਿਹਰਾ ਜਾਂ ਇੱਕ ਦੋ ਚਿਹਰੇ ਵਾਰ ਵਾਰ ਉਹੀ ਨਜ਼ਰ ਆਉਂਦੇ ਨੇ, ਤੇ ਉੱਥੇ ਫਿਰ ਇਸਨੂੰ ਅਨੈਤਿਕ ਤੌਰ ਤੇ ਦੇਖਿਆ ਜਾਵੇ। ਪਰ ਕਿਉਂਕਿ ਜ਼ਿਆਦਾ ਗਿਣਤੀ ਚ ਪ੍ਰਾਈਵੇਟ ਚੈਨਲ ਨੇ, ਜਿਹੜਾ ਸਰਕਾਰੀ ਚੈਨਲ ਤਾਂ ਮੈਂ ਦੱਸ ਹੀ ਦਿੱਤਾ ਉਹਦਾ ਰੰਗ ਬਦਲਤਾ ਜਿਹਦਾ, ਤੇ ਜਿਹੜੇ ਪ੍ਰਾਈਵੇਟ ਚੈਨਲ ਨੇ ਉਹ ਕਿਸ ਤਰੀਕੇ ਨਾਲ ਜਾਂ ਕਿਉਂ ਕਰਦੇ ਨੇ, ਕੀ ਉਹਦੇ ਮਾਲਕ ਕੌਣ ਨੇ, ਸਭ ਨੂੰ ਪਤਾ ਹੈ ਕਿ ਕਾਰਪੋਰੇਟ ਵੱਡੇ ਵੱਡੇ ਘਰਾਣਿਆਂ ਦੇ ਚੈਨਲ ਨੇ ਅੱਜ ਕੱਲ੍ਹ ਜਿਹੜੇ ਚੱਲ ਰਹੇ ਨੇ, ਤੇ ਉਹਨਾਂ ਤੇ ਫਿਰ ਇੱਕੋ ਹੀ ਧਿਰ ਦਾ ਪ੍ਰਚਾਰ ਹੁੰਦਾ। ਤੇ ਹਾਲਾਂਕਿ ਹੋਣਾ ਤਾਂ ਇਹ ਚਾਹੀਦਾ, ਨੈਤਿਕਤਾ ਇਹ ਮੰਗ ਕਰਦੀ ਹੈ ਕਿ ਜਦੋਂ ਤੁਸੀਂ ਟਾਈਮ ਦੇਣਾ ਹੈ ਇਲੈਕਸ਼ਨ ਦੇ ਵਿੱਚ, ਹੋਣਾ ਤਾਂ ਇਹ ਚਾਹੀਦਾ, ਜੇ ਇੱਕ ਦੀ ਰੈਲੀ ਦਿਖਾਉਣੀ ਹੈ, ਜੇ 5 ਮਿੰਟ ਇੱਕ ਰੈਲੀ ਦਿਖਾਈ ਜਾਂਦੀ ਹੈ, ਜੇ ਮੋਦੀ ਸਾਹਿਬ ਦੀ ਅਮਿਤ ਸ਼ਾਹ ਦੀ ਰੈਲੀ ਨੂੰ ਕਵਰ ਕੀਤਾ 5 ਮਿੰਟ ਲਈ, ਤਾਂ 5 ਮਿੰਟ ਲਈ ਦੂਜੇ ਪਾਸੇ ਰਾਹੁਲ ਗਾਂਧੀ, ਮਲਕਰਜਨ ਖੜਗੇ ਜਾਂ ਕਾਂਗਰਸ ਜਾਂ ਵਿਰੋਧੀ ਧਿਰ ਨੂੰ ਵੀ ਦਿਖਾਇਆ ਜਾਵੇ, ਪਰ ਅਜਿਹਾ ਹੁੰਦਾ ਨਹੀਂ। ਬਹੁਤ ਵਾਰ ਤਾਂ ਇਹ ਵੀ ਦੇਖਣ ਨੂੰ ਮਿਲਿਆ, ਜਿਹਨਾਂ ਦਾ ਵੱਡਾ ਨਾਂ ਆ, ਵੱਡੇ ਵੱਡੇ ਐਂਕਰ ਨੇ, ਉਹ ਤਾਂ ਇਉਂ ਲੱਗਦੇ ਨੇ ਜਿਵੇਂ ਪਾਰਟੀ ਦੇ ਪ੍ਰਵਕਤਾ ਹੀ ਬਣ ਜਾਂਦੇ ਨੇ, ਪਾਰਟੀ ਦੇ ਸਪੋਕਸ ਪਰਸਨ ਬਣ ਜਾਂਦੇ ਨੇ, ਜਾਂ ਉਸ ਤਰ੍ਹਾਂ ਹੀ ਬੋਲਦੇ ਨਜ਼ਰ ਆਉਂਦੇ ਨੇ, ਤੇ ਫਿਰ ਸਵਾਲ ਹੋਰ ਤਿੱਖੇ ਹੋ ਜਾਂਦੇ ਨੇ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ। ਬਸ ਇੱਕੋ ਇੱਕ ਤਸੱਲੀ ਇਸ ਯੁੱਗ ਦੇ ਵਿੱਚ ਹੈ, ਉਹ ਸੋਸ਼ਲ ਮੀਡੀਆ ਦੀ। ਸੋਸ਼ਲ ਮੀਡੀਆ ਦੇ ਵਿੱਚ ਹੁਣ ਝੂਠ ਫੜਿਆ ਜਾਂਦਾ ਹੈ, ਜਲਦੀ ਫੜਿਆ ਜਾਂਦਾ ਹੈ। ਹੁਣ ਇਹ ਨਹੀਂ ਕਹਿ ਸਕਦੇ ਕਿ ਬਠਿੰਡਾ ਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਰੈਲੀ ਕੀਤੀ, ਤੇ ਸੁਖਬੀਰ ਸਿੰਘ ਨੇ ਉਸੇ ਦਿਨ ਪਟਿਆਲੇ ਚ ਰੈਲੀ ਕੀਤੀ, ਤੇ ਜੇ ਸੁਖਬੀਰ ਸਿੰਘ ਬਾਦਲ ਡਿਪਟੀ CM ਇਹ ਕਹਿ ਰਹੇ ਨੇ ਜੀ ਬਠਿੰਡੇ ਤੇ ਕੋਈ ਇਕੱਠ ਨਹੀਂ ਸੀ, ਲੇਕਿਨ ਨਾਲ ਦੀ ਨਾਲ ਸੋਸ਼ਲ ਮੀਡੀਆ ਚ ਲੋਕਾਂ ਨੇ ਪਾ ਦਿੱਤੀਆਂ
ਵੀ ਇੰਨਾ ਘੱਟ ਸੀ, ਜਿੱਥੇ ਕਹਿੰਦੇ ਜੀ ਦਾਰੂ ਵੱਢੀ ਗਈ, ਕਹਿੰਦੇ ਜੀ ਨਹੀਂ ਵੱਢੀ ਗਈ, ਨਾਲ ਦੀ ਨਾਲ ਦਿਖਾਤਾ ਘਨੌਰ ਦੇ ਵਿੱਚ ਦਾਰੂ ਵੱਢੀ ਜਾਂਦੀ, ਤੇ ਪਟਿਆਲੇ ਦਾ ਡੀਸੀ ਬਦਲਿਆ ਸੀ ਉਦੋਂ। ਤੋਂ ਇਹ ਝੂਠ ਫੜਿਆ ਜਾਂਦਾ ਹੈ। ਜਿਹੜੇ ਆਪਾਂ ਦੇਖਿਆ ਨੀ ਜਦੋਂ ਚੱਲ ਰਿਹਾ ਸੀ ਕਿਸਾਨ ਅੰਦੋਲਨ, ਉਦੋਂ ਸੋਸ਼ਲ ਮੀਡੀਆ ਦੀ ਭੂਮਿਕਾ ਆਪਾਂ ਦੇਖੀ ਸੀ, ਕਿਉਂਕਿ ਜਿਹੜਾ ਇੱਕ ਮੀਡੀਆ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ, ਜਿਹੜਾ ਟੀਰਾ ਮੀਡੀਆ, ਉਹ ਤਾਂ ਅੱਤਵਾਦੀ ਦੱਸਦਾ ਸੀ, ਉਹ ਤਾਂ ਖਾਲਿਸਤਾਨ ਹੀ ਦੱਸਦਾ ਸੀ, ਉਹਨਾਂ ਨੇ ਆਪਦਾ ਮੀਡੀਆ ਚਲਾ ਲਿਆ, ਉਹਨਾਂ ਨੇ ਟਰਾਲੀ ਟਾਈਮ ਸ਼ੁਰੂ ਕਰ ਲਿਆ, ਤੇ ਟਰੈਕਟਰ ਤੋਂ ਟਵਿੱਟਰ ਤੱਕ ਦੀ ਗੱਲ ਸ਼ੁਰੂ ਹੋ ਗਈ। ਤਾਂ ਸੋਸ਼ਲ ਮੀਡੀਆ ਜਿਹੜਾ ਹੈ ਉਹ ਬਿਲਕੁਲ ਫ੍ਰੀ ਹੈ, ਉਹਦੇ ਰਾਹੀਂ ਬਹੁਤ ਕੁਛ ਸਾਹਮਣੇ ਆ ਰਿਹਾ। ਸੋ ਇਹ ਸਾਰਾ ਕੁਛ ਇੱਕ ਮੀਡੀਆ ਇੱਕ ਪਾਸੜ ਹੈ ਜਿਹੜਾ ਬਰਾਬਰ ਦੀ ਗੱਲ ਨਹੀਂ ਕਰਦਾ, ਉਲਾਰ ਹੋ ਕੇ ਚੱਲਦਾ ਕਿ ਇਹ ਲੋਕ ਸਭਾ ਚੋਣਾਂ ਦੇ ਵਿੱਚ ਇਹਦੀ ਭੂਮਿਕਾ ਤੇ ਕੋਈ ਗੱਲ ਨੂੰ ਸਮਝ, ਉਹਦੀ ਗੱਲ ਕਰ ਰਹੇ ਅੱਜ ਆਪਾਂ, ਤੇ ਗੱਲ ਕਰਨ ਲਈ ਜਿਹੜੇ ਮਹਿਮਾਨ ਸੱਦੇ ਨੇ ਉਹਨਾਂ ਦੀ ਤੁਹਾਡੇ ਨਾਲ ਮੈਂ ਤਾਰਫ ਕਰਾਵਾਂ। ਸਾਡੇ ਨਾਲ ਨਿਰਪੱਖ ਟਿੱਪਣੀਕਾਰ ਦੇ ਵਜੋਂ ਸ਼ਾਮਿਲ ਹੋਏ ਨੇ ਅੱਜ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ। ਡਾਕਟਰ ਸਤਨਾਮ ਸਿੰਘ ਸੰਧੂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੱਤਰ ਵਿਹਾਰ ਡਿਸਟੈਂਸ ਐਜੂਕੇਸ਼ਨ ਦਾ ਜਿਹੜਾ ਡਿਪਾਰਟਮੈਂਟ ਆ ਉਹਦੇ ਡਾਇਰੈਕਟਰ ਰਹੇ ਨੇ, ਔਰ ਅੱਜ ਕੱਲ੍ਹ ਕੈਲਗਰੀ ਤੋਂ ਜਿਹੜਾ ਅਖਬਾਰ ਨਿਕਲਦਾ ਪੰਜਾਬ ਹੈਰੀਟੇਜ ਦੇ ਐਡੀਟਰ। ਸਾਡੇ ਨਾਲ ਪ੍ਰਿਤਪਾਲ ਸਿੰਘ ਵਲੀਓਵਾਲ ਸਾਹਿਬ ਨੇ, ਇਹ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਬਲਵਿੰਦਰ ਸਿੰਘ ਪੱਤਰਕਾਰ ਨੇ, ਦੂਰਦਰਸ਼ਨ ਤੇ ਲਗਾਤਾਰ ਇਹ ਜਿਹੜਾ ਹੈ ਐਂਕਰਿੰਗ ਕਰਦੇ ਰਹੇ ਨੇ। ਨਾਲ ਸਾਡੇ ਐਡਵੋਕੇਟ ਖੜਿਆਲ ਸਾਹਿਬ ਨੇ, ਅਰਸ਼ਪ੍ਰੀਤ ਸਿੰਘ ਖੜਿਆਲ ਸਾਹਿਬ, ਇਹ ਅਰਸ਼ਦੀਪ ਸਿੰਘ ਖੜਿਆਲ ਜਿਹੜੀ ਕਾਂਗਰਸ ਪਾਰਟੀ ਆ ਪੰਜਾਬ ਦੀ ਉਹਦੇ ਮੁੱਖ ਬੁਲਾਰੇ ਨੇ, ਉਹ ਸਾਡੇ ਨਾਲ ਸ਼ਾਮਿਲ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵਿੰਦਰ ਸਿੰਘ ਸੈਂਪਲਾ ਇਸ ਪ੍ਰੋਗਰਾਮ ਚ ਸ਼ਾਮਿਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ, ਪੋਲੀਟੀਕਲ ਪਾਰਟੀ ਕੀ ਕਹਿੰਦੀਆਂ ਨੇ ਉਹ ਸਾਡੇ ਦਰਸ਼ਕ ਸੁਣਨਗੇ ਬਾਅਦ ਚ, ਪਹਿਲਾਂ ਇੱਕ ਨਿਰਪੱਖ ਟਿੱਪਣੀਕਾਰ ਵਜੋਂ ਇੱਕ ਐਡੀਟਰ ਕੀ ਕਹਿ ਰਿਹਾ ਹੈ ਉਹ ਸੁਣੀਏ। ਦੇ ਦੋ ਮੁੱਦੇ ਹੈ, ਲੋਕ ਸਭਾ ਦੀਆਂ ਚੋਣਾਂ ਤੇ ਦੂਸਰਾ ਮੀਡੀਆ ਦੀ ਭੂਮਿਕਾ। ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਇੱਕ ਸਮਾਂ ਸੀ ਜਦੋਂ ਚੋਣਾਂ ਦੇ ਵਿੱਚ ਜਿਹੜਾ ਅਖਬਾਰ ਹੈ ਉਹਦੀ ਕੇਂਦਰੀ ਭੂਮਿਕਾ ਹੁੰਦੀ ਸੀ। ਉਸ ਤੋਂ ਬਾਅਦ ਜਦੋਂ ਸਾਡੇ ਕੋਲ ਟੀਵੀ ਆਇਆ ਤਾਂ ਟੀਵੀ ਨੇ ਆਪਣਾ ਰੋਲ ਅਦਾ ਕਰਨਾ ਸ਼ੁਰੂ ਕੀਤਾ, ਤੇ ਜਿਵੇਂ ਤੁਸੀਂ ਠੀਕ ਕਿਹਾ ਕਿ ਹੁਣ ਸੋਸ਼ਲ ਮੀਡੀਆ ਆ ਗਿਆ। ਅੱਜ ਦਾ ਮੀਡੀਆ ਮੈਨੂੰ ਲੱਗਦਾ ਕਿ ਬਹੁਤ ਹੀ ਟਰਾਂਸਪੇਰੈਂਟ ਹੋ ਗਿਆ। ਜੇ ਅਸੀਂ ਟੈਲੀਵਿਜ਼ਨ ਦੀ ਗੱਲ ਕਰੀਏ, ਟਰਾਂਸਪੇਰੈਂਟ ਤੋਂ ਮੇਰਾ ਮਤਲਬ ਇਹ ਹੈ ਕਿ ਉਹ ਬਿਲਕੁਲ ਟਰਾਂਸਪੇਰੈਂਟ ਹੈ। ਜਦੋਂ ਤੁਸੀਂ ਚੈਨਲ ਲਾਓਗੇ ਕਿ ਉਹ ਕਿਹਦੇ ਹੱਕ ਦੀ ਗੱਲ ਕਰੂਗਾ, ਉਸਨੇ ਕਿਹੜੇ ਮੁੱਦੇ ਉਠਾਉਣੇ ਹੈ, ਉਸਨੇ ਕਿਹੜੀ ਰਾਜਨੀਤਿਕ ਪਾਰਟੀ ਦਾ ਮੈਨੀਫੈਸਟੋ ਡਿਸਕਸ ਕਰਨਾ ਹੈ, ਉਸਨੇ ਕਿਹੜੇ ਰਾਜਨੀਤਿਕ ਦਲ ਦੇ ਉਹ ਪੱਖ ਦਿਖਾਉਣੇ ਹੈ ਜਿਹੜੇ ਪਬਲਿਕ ਦੇ ਵਿੱਚ ਨਹੀਂ ਜਾਣੇ ਚਾਹੀਦੇ। ਇਸ ਕਰਕੇ ਮੈਂ ਇਹਦੇ ਲਈ ਵਰਤਦਾ, ਇਹਨੂੰ ਤੁਸੀਂ ਟੀਰਾ ਮੀਡੀਆ ਕਹਿੰਦੇ ਹੋ, ਮੈਂ ਇਹਨੂੰ ਟਰਾਂਸਪੇਰੈਂਟ ਮੀਡੀਆ ਇਸ ਕਰਕੇ ਕਹਿਣਾ ਹੈ ਕਿ ਉਹ ਟਰਾਂਸਪੇਰੈਂਟਲੀ ਕਿਸੇ ਨਾ ਕਿਸੇ ਰਾਜਨੀਤਿਕ ਦਲ ਦੇ ਨਾਲ ਸਿੱਧੇ ਤੌਰ ਤੇ ਜੁੜ ਗਿਆ। ਜਿਹੜਾ ਪਹਿਲਾਂ ਸਾਡੇ ਕੋਲ ਮੀਡੀਆ ਜਿਹਤੋਂ ਅਸੀਂ ਤਵੱਕੋ ਕਰਦੇ ਸੀ, ਜਿਹਨੂੰ ਅਸੀਂ ਲੋਕਤੰਤਰ ਦਾ ਥੰਮ ਕਹਿੰਦੇ ਸੀ, ਉਹ ਮੀਡੀਆ ਵੱਖ ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਾਂ ਸਮਾਜਿਕ ਲਹਿਰਾਂ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਰੀਪ੍ਰਜੈਂਟ ਕਰਦਾ ਸੀ। ਜਦੋਂ ਹੁਣ ਵੱਖ ਵੱਖ, ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੇ ਮੀਡੀਆ ਜਿਹੜਾ ਉਹ ਨਾ ਲੋਕਤੰਤਰ ਨੂੰ ਬਚਾਉਣ ਲਈ ਖਰੀਦਿਆ, ਨਾ ਹੀ ਉਹਨਾਂ ਨੇ ਉਹ ਲੋਕਾਂ ਦੀ ਸੇਵਾ ਲਈ ਖਰੀਦਿਆ। ਜਿਹੜਾ ਮੀਡੀਆ ਅੱਜ ਹੈ ਉਸਨੇ ਤਕਰੀਬਨ ਉਹਦੀ ਬੀਨ ਵਜਾਉਣੀ ਹੈ ਜਿਹੜਾ ਸੱਤਾ ਦੇ ਵਿੱਚ ਹੈ। ਜੇ ਅੱਜ ਸੱਤਾ ਇੱਕ ਕੋਲ ਹੈ, ਇਹ ਕੋਲ ਹੈ, ਤਾਂ ਜਿਹੜਾ ਕਾਰਪੋਰੇਟ ਦਾ ਮੀਡੀਆ ਉਹਨਾਂ ਦੀ ਬੀਨ ਵਜਾਊਗਾ। ਜੇ ਕੱਲ ਨੂੰ ਸੱਤਾ ਤਬਦੀਲ ਹੋ ਕੇ ਦੂਸਰੇ ਲੋਕ ਆ ਜਾਂਦੇ ਹੈ ਤਾਂ ਰਾਤੋ ਰਾਤ ਇਸ ਮੀਡੀਆ ਦੇ ਬੰਦਿਆਂ ਨੇ, ਜਿਹਨਾਂ ਚੋਂ ਬਹੁਤ ਸਾਰੇ ਐਂਕਰ ਜਿਹਨਾਂ ਵੱਲ ਇਸ਼ਾਰਾ ਕੀਤਾ, ਉਹਨਾਂ ਨੇ ਰਾਤੋ ਰਾਤ ਆਪਣੇ ਜਿਹੜੇ ਰਾਗ ਹੈ ਉਹ ਵੀ ਬਦਲ ਲੈਣੇ ਹੈ।
ਇਸ ਕਰਕੇ ਹੁਣ ਇੱਕ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਕਿ ਜਿੱਥੋਂ ਤੱਕ ਲੋਕ ਸਭਾ ਦੀਆਂ ਚੋਣਾਂ ਨਾਲ ਜੇ ਇਸ ਨੂੰ ਅਸੀਂ ਜੋੜ ਕੇ ਦੇਖਣਾ ਹੋਵੇ ਤਾਂ ਲੋਕਾਂ ਨੂੰ ਕੋਈ ਸ਼ੱਕ ਹੀ ਨਹੀਂ ਹੈ ਕਿ ਕਿਹੜੇ ਮੀਡੀਏ ਨੇ ਕਿਹੜੀ ਗੱਲ ਕਰਨੀ ਹੈ। ਮੀਡੀਏ ਨੇ ਆਪਣੀ ਵਿਸ਼ਵਾਸ ਯੋਗਤਾ ਜਿਹੜੀ ਉਹ ਮੈਨੂੰ ਲੱਗਦਾ ਸਭ ਤੋਂ ਥੱਲੇ ਵਾਲੇ ਪਾਏਦਾਨ ਤੇ ਲੈ ਆਂਦੀ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਲੋਕ ਬਹੁਤ ਸਾਰੇ ਨਿਊਜ਼ ਪੇਪਰ ਹੈ ਜਾਂ ਜਿਹੜੇ ਸਾਡੇ ਬਹੁਤ ਸਾਰੇ ਟੀਵੀ ਚੈਨਲ ਹੈ ਉਹਨਾਂ ਨੂੰ ਇਸ ਕਰਕੇ ਦੇਖਦੇ ਆ ਕਿ ਉਹਦੇ ਵਿੱਚ ਉਹ ਵਿਸ਼ੇਸ਼ ਐਂਕਰ ਕਿਸ ਰਾਜਨੀਤਿਕ ਦਲ ਦਾ ਭਾਸ਼ਣ ਕਿਵੇਂ ਦਿਖਾ ਰਿਹਾ, ਕਿਸ ਕਿਸਮ ਦੀਆਂ ਸਟਰਕਚਰਡ ਇੰਟਰਵਿਊ ਹੋ ਰਹੀਆਂ ਜਿਹਦੇ ਵਿੱਚ ਪਹਿਲਾਂ ਸਵਾਲ ਦੱਸੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਇਸ ਤਰੀਕੇ ਨਾਲ ਪੁੱਛਿਆ ਜਾਂਦਾ ਐਡਿਟ ਕਰਕੇ ਕਿ ਕਿਤੇ ਕੋਈ ਐਸੀ ਗੱਲ ਬਾਹਰ ਨਾ ਚਲੀ ਜਾਵੇ ਜਿਹਦਾ ਪ੍ਰਭਾਵ ਵੱਖਰੀ ਕਿਸਮ ਦਾ ਪਵੇ। ਹੁਣ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਲੋਕਤੰਤਰ ਤੇ ਕਾਬਜ ਹੋਣ ਲਈ ਮੀਡੀਏ ਨੂੰ ਟੂਲ ਦੇ ਤੌਰ ਤੇ ਬਾਖੂਬੀ ਤੇ ਬਿਲਕੁਲ ਹੀ ਜ਼ਿਆਦਾ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਹੁਣ ਮੀਡੀਆ ਦਾ ਲੋਕ ਸਭਾ ਦੀਆਂ ਚੋਣਾਂ ਤੇ ਉਸ ਕਿਸਮ ਦਾ ਵੱਡਾ ਅਸਰ ਨਹੀਂ ਪਊਗਾ ਕਿਉਂਕਿ ਸੋਸ਼ਲ ਮੀਡੀਆ ਦੀ ਪਹੁੰਚ ਹੈ ਜਿਹੜੀ ਉਹ ਹਰ ਇੰਡੀਵਿਜੁਅਲ ਕੋਲੇ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੋਇਸਿਸ ਆ ਜਾਂਦੀਆਂ। ਹਰ ਰਾਜਨੀਤਿਕ ਦਲ ਵੱਲੋਂ ਤਕਰੀਬਨ ਆਪਣਾ ਪੇਜ ਚਲਾਇਆ ਜਾ ਰਿਹਾ, ਫੇਸਬੁੱਕ ਦਾ ਉਹਨਾਂ ਦਾ ਆਪਣਾ ਟਵਿੱਟਰ ਹੈਂਡਲ ਹੈ, ਜਦੋਂ ਵੀ ਕੋਈ ਇੰਸੀਡੈਂਟ ਆਉਂਦਾ ਉਹ ਉਸ ਦੇ ਉੱਪਰ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਹੈ। ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਬਿਲਕੁਲ ਇਹ ਸਾਡਾ ਠੀਕ ਓਪੀਨੀਅਨ ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਮੀਡੀਆ ਦੁਆਰਾ ਕਈ ਨਾਨ ਸੀਰੀਅਸ ਇਸ਼ੂ ਨੂੰ ਸੀਰੀਅਸ ਬਣਾਇਆ ਜਾਂਦਾ ਹੈ, ਕਿਸੇ ਖਬਰ ਨੂੰ ਓਵਰਲੈਪ ਕਰਨ ਲਈ ਜਿਹੜੀ ਅਨਇੰਪੋਰਟੈਂਟ ਖਬਰ ਹੈ ਉਹਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਹੈ। ਇਹਦੇ ਨਾਲ ਕੀ ਹੁੰਦਾ ਕਿ ਖਬਰਾਂ ਨੂੰ ਮਹੱਤਵਪੂਰਨ ਖਬਰਾਂ ਨੂੰ ਮਾਰਨ ਦੀ ਗੱਲ ਚੱਲ ਰਹੀ ਹੈ। ਅੱਜ ਜਿਹੜਾ ਲੋਕ ਸਭਾ ਦੇ ਵਿੱਚ ਅੱਜ ਜਿਹੜੇ ਸਾਡੇ ਮੁਲਕ ਦੇ ਇਸ਼ੂ ਹੈ ਉਹਨਾਂ ਦੀ ਥਾਂ ਤੇ ਵਿਅਕਤੀ ਹੈ ਜਿਹੜੇ ਉਹ ਡਿਸਕਸ ਹੋ ਰਹੇ ਹੈ। ਅਸੀਂ ਉਹਨਾਂ ਕੇਂਦਰੀ ਇਸ਼ੂ ਤੇ ਜਿੱਥੇ ਡਿਸਕਸ ਇਹ ਹੋਣਾ ਚਾਹੀਦਾ ਸੀ ਕਿ ਸਾਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ਉਹਨਾਂ ਦੇ ਮੈਨੀਫੈਸਟੋ ਤੇ ਡਿਬੇਟ ਹੁੰਦੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਵਿਅਕਤੀਆਂ ਤੇ ਡਿਬੇਟ ਹੋ ਰਹੀ ਹੈ, ਕਿਸ ਵਿਅਕਤੀ ਨੇ ਕੀ ਖਾਧਾ, ਕੀ ਪੀਤਾ, ਕਿੱਥੇ ਗਿਆ, ਕਦੋਂ ਗਿਆ, ਕਿਵੇਂ ਗਿਆ, ਕਿੰਨਾ ਚਿਰ ਗਿਆ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੀਡੀਏ ਦੀ ਜਿਹੜੀ ਭੂਮਿਕਾ ਹੈ ਉਸ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਸੰਦੇਹ ਨਹੀਂ ਕਿ ਉਹ ਹੁਣ ਕਾਰਪੋਰੇਟ ਦੀ ਡਾਇਰੈਕਸ਼ਨ ਤੇ ਹੋ ਰਹੀ ਹੈ ਜਾਂ ਉਹ ਇਹ ਕਿਹਾ ਜਾਵੇ ਕਿ ਉਹ ਇੱਕ ਧਿਰ ਬਣ ਕੇ ਆਪਣੇ ਆਪ ਨੂੰ ਲਿਜਾ ਰਿਹਾ ਹੈ। ਪਰ ਇਹਦਾ ਇੱਕ ਖਾਸ ਵਰਗ ਤੱਕ ਤਾਂ ਪ੍ਰਭਾਵ ਹੋਊਗਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਕੱਲਾ ਮੀਡੀਏ ਰਾਤੋ ਰਾਤ ਸਾਰੀ ਸਥਿਤੀ ਨੂੰ ਬਦਲ ਦੂਗਾ। ਇਸ ਕਿਸਮ ਦਾ ਮੇਰਾ ਓਪੀਨੀਅਨ ਮੀਡੀਏ ਬਾਰੇ ਬਣਦਾ। ਸੰਧੂ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਦਾ ਪ੍ਰਭਾਵ ਨਹੀਂ ਪੈਣਾ, ਇਹੀ ਤਾਂ ਮੇਨ ਗੱਲ ਹੈ। ਜਿਹੜੀ ਗੱਲ ਦੇਖੋ, ਜਿਵੇਂ ਦੇਸ਼ ਵੰਡਿਆ ਹੋਇਆ ਨਾ, ਸਾਡਾ ਦੇਸ਼ ਬਹੁਤ ਤਰੀਕੇ ਨਾਲ ਵੰਡਿਆ, ਅਮੀਰ ਗਰੀਬ ਦਾ ਅਸੀਂ ਪਹਿਲਾਂ ਹੀ ਦੇਖਦੇ ਸੀ, ਪਿੰਡ ਤੇ ਸ਼ਹਿਰਾਂ ਦਾ ਪਾੜਾ ਬਹੁਤ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ, ਡਿਜੀਟਲ ਡਿਵਾਈਡ ਵੀ ਹੋ ਗਿਆ, ਜਿਹੜਾ ਇਹ ਪਾੜਾ ਵੀ ਹੋ ਗਿਆ। ਇੱਕ ਉਹ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਮੇਨ ਮੁੱਖ ਧਾਰਾ ਮੀਡੀਆ, ਮੇਨ ਸਟ੍ਰੀਮ ਮੀਡੀਆ ਨੂੰ ਦੇਖਦੇ ਨੇ, ਉਹਨਾਂ ਕੋਲ ਕੋਈ ਉਸ ਤਰ੍ਹਾਂ ਦੇ ਤਰੀਕੇ ਨਹੀਂ ਦੇਖਣ ਦੇ, ਵਾਈਫਾਈ ਨਹੀਂ, ਸਮਾਰਟਫੋਨ ਨਹੀਂ ਕਿ ਉਹ ਦੇਖ ਸਕਣ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਹੈ। ਹੁਣ ਜਿਹੜਾ ਪਾੜਾ ਹੈ, ਜਿਵੇਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਜ਼ਿਆਦਾ ਡਿਪੈਂਡ ਕਰਦੀ ਹੈ ਮੇਨ ਸਟ੍ਰੀਮ ਮੀਡੀਆ ਤੇ ਜਿਹੜੀ ਵਿਰੋਧੀ ਧਿਰ ਹੈ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ, ਕਿਉਂਕਿ ਮੇਨ ਸਟ੍ਰੀਮ ਮੀਡੀਆ ਉਨਾ ਟਾਈਮ ਨਹੀਂ ਦੇ ਰਿਹਾ, ਉਨਾ ਪੈਸਾ ਨਹੀਂ ਖਰੀਦਣ ਨੂੰ ਟਾਈਮ, ਇਸ ਕਰਕੇ ਉਹ ਸੋਸ਼ਲ ਮੀਡੀਆ ਤੇ ਡਿਪੈਂਡ ਕਰ ਰਿਹਾ ਹੈ ਜਿਹੜਾ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ। ਇਹ ਸਾਰਿਆਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਸੱਚ ਬਾਹਰ ਜਾਊਗਾ ਕਿ ਜਿਹੜੀ ਮੁੱਦਿਆਂ ਦੀ ਗੱਲ ਹੈ ਸਾਡੇ ਦੇਸ਼ ਦੀ, ਸੱਚਮੁੱਚ ਉਹ
ਲੋਕਾਂ ਤੱਕ ਪਹੁੰਚੂਗੀ? 5 ਨਿਆਂ ਤੇ 25 ਗਰੰਟੀਆਂ ਲੋਕਾਂ ਤੱਕ ਪਹੁੰਚਣਗੀਆਂ ਕਿ ਨਹੀਂ ਪਹੁੰਚਣਗੀਆਂ? ਜਾਂ ਸੰਕਲਪ ਪੱਤਰ ਪਹੁੰਚੂਗਾ ਜਾਂ ਮੋਦੀ ਸਾਹਿਬ ਜੋ ਕਰਦੇ ਨੇ, ਦੇਖੋ ਮੀਡੀਆ ਦਾ ਹਾਲ ਤਾਂ ਇਹ ਵੀ ਹੈ ਨਾ, ਜੇ ਮੋਦੀ ਸਾਹਿਬ ਕੇਦਾਰਨਾਥ ਜਾ ਕੇ ਬੈਠਦੇ ਨੇ ਅੱਖਾਂ ਮੀਚ ਕੇ, ਮੀਡੀਆ ਉੱਥੇ ਵੀ ਬੈਠਾ ਹੈ, ਉਹਨਾਂ ਨੂੰ ਦਿਖਾ ਰਿਹਾ, ਉਹ ਤਾਂ ਨਿੱਜੀ ਗੱਲ ਹੈ, ਉਹ ਤਾਂ ਭਗਤੀ ਕਰ ਰਹੇ ਨੇ, ਪਰ ਮੀਡੀਆ ਐਡੀ ਉਚਾਈ ਤੇ ਜਾਂਦਾ ਹੈ। ਤੇ ਜੇ ਮੋਦੀ ਸਾਹਿਬ ਤਾਂ ਸਮੁੰਦਰ ਦੇ ਨੀਚੇ ਜਾਂਦੇ ਨੇ, ਉੱਥੇ ਵੀ ਨਾਲ ਮੀਡੀਆ ਜਾਂਦਾ ਹੈ, ਉੱਥੇ ਜਾ ਕੇ ਜੋ ਸਮੁੰਦਰ ਦੇ ਥੱਲੇ ਜਾ ਕੇ ਉਹਨਾਂ ਨੇ ਭਗਤੀ ਕੀਤੀ ਹੈ, ਉੱਥੇ ਵੀ ਵੀਡੀਓ ਬਣਾ ਕੇ ਮੀਡੀਆ ਲੋਕਾਂ ਨੂੰ ਦਿਖਾ ਰਿਹਾ ਹੈ। ਇਹ ਕਿਸ ਕਿਸਮ ਦਾ, ਇੱਕ ਸਾਈਡ ਤੇ ਚੱਲ ਰਹੀ ਹੈ ਨਾ, ਇਹ ਜੋ ਕੁਛ ਹੋ ਰਿਹਾ ਹੈ ਇਹਦੀ ਅੱਜ ਅਸੀਂ ਚਰਚਾ ਕਰ ਰਹੇ ਹਾਂ ਤੇ ਚਰਚਾ ਅਸੀਂ ਜਾਰੀ ਰੱਖਾਂਗੇ। ਇੱਕ ਲਵਾਂਗੇ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਐਡਵੋਕੇਟ ਖੜਿਆਲ ਸਾਹਿਬ, ਕਾਂਗਰਸ ਪਾਰਟੀ ਅੱਜ ਦੇ ਮੁੱਦੇ ਬਾਰੇ ਤੁਹਾਡੇ ਚ। ਖੜਿਆਲ ਸਾਹਿਬ ਤੁਹਾਨੂੰ ਮੈਂ ਫੇਰ ਆਉਣਾ ਹੈ, ਦੁਬਾਰਾ ਲੈਣਾ, ਤੁਸੀਂ ਆਪਣੇ ਆਪ ਦਾ ਜਿਹੜਾ ਸੰਪਰਕ ਜੋੜਨ ਦੀ ਕੋਸ਼ਿਸ਼ ਕਰੋ। ਤੇ ਇਨ ਦਾ ਮੀਨ ਟਾਈਮ ਮੈਂ, ਸਾਡੇ ਨਾਲ ਦੂਰਦਰਸ਼ਨ ਦੇ ਪੱਤਰਕਾਰ ਸ਼ਾਮਲ ਨੇ ਬਲਵਿੰਦਰ ਸਿੰਘ, ਉਹਨਾਂ ਦੀ ਗੱਲ ਸੁਣੀਏ। ਬਲਵਿੰਦਰ ਸਿੰਘ ਵਾਲੀਆ ਸਾਹਿਬ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਮੀਡੀਆ ਨੂੰ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਕਿਹਾ ਜਾਂਦਾ, ਜਿਵੇਂ ਡਾਕਟਰ ਸੰਧੂ ਹੁਣਾਂ ਨੇ ਦੱਸਿਆ ਹੀ ਹੈ, ਇਹ ਥੰਮ ਚ ਜਦੋਂ ਅਸੀਂ ਪਹਿਲਾਂ ਦੋ ਤਰ੍ਹਾਂ ਦਾ ਮੀਡੀਆ ਆਪਾਂ ਦੇਖਦੇ ਸੀ, ਇੱਕ ਪ੍ਰਿੰਟ ਮੀਡੀਆ ਤੇ ਦੂਜਾ ਇਲੈਕਟ੍ਰੋਨਿਕ ਮੀਡੀਆ, ਉਹਨਾਂ ਦੀ ਭੂਮਿਕਾ ਹਮੇਸ਼ਾ ਤੋਂ ਰਹੀ ਹੈ ਤੇ ਹੁਣ ਵੀ ਹੈ। ਕੁਝ ਸਮੇਂ ਤੋਂ ਹੁਣ ਤੀਜਾ ਮੀਡੀਆ ਆ ਗਿਆ ਜਿਹਨੂੰ ਆਪਾਂ ਸੋਸ਼ਲ ਮੀਡੀਆ ਕਹਿੰਦੇ, ਔਰ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹਦੀ ਜਿਹੜੀ ਲੋਕਾਂ ਦਾ ਰੁਝਾਨ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨਾਲੋਂ ਵੱਧ ਨਜ਼ਰ ਆਉਂਦਾ। ਜੇ ਤੁਸੀਂ 2022 ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਦੀ ਮੈਂ ਗੱਲ ਕਰਾਂ, ਉਹ ਚੋਣਾਂ ਜਿਸ ਪਾਰਟੀ ਨੇ ਵੀ ਜਿੱਤੀਆਂ ਉਹਦੇ ਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਸੀ। ਪਰ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ ਚ ਜਿਹੜਾ ਮੀਡੀਆ ਦਾ ਰੋਲ ਹੈ, ਮੀਡੀਆ ਦਾ ਰੋਲ ਹਮੇਸ਼ਾ ਮਾਂ ਵਰਗਾ ਚਾਹੀਦਾ ਵਾਲੀਆ ਸਾਹਿਬ। ਜਿਸ ਜਿਹੜੀ ਵੀ ਧਿਰ ਸੱਤਾ ਚ ਹੋਵੇ, ਇਹ ਨਹੀਂ ਹੁੰਦਾ ਕਿ ਮੀਡੀਆ ਉਹਦੀ ਹਰ ਚੀਜ਼ ਨੂੰ ਦਿਖਾਵੇ। ਮੀਡੀਆ ਦਾ ਕੰਮ ਹੈ ਦੇਸ਼ ਦੀਆਂ ਸਮੱਸਿਆਵਾਂ, ਦੇਸ਼ ਦੀਆਂ ਔਕੜਾਂ, ਜਾਂ ਦੇਸ਼ ਵਿਕਾਸ ਕਰ ਰਿਹਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਮੀਡੀਆ ਦੀ ਹੁੰਦੀ ਹੈ। ਖਾਣਾ ਖਾਣ ਤੱਕ ਜਾਂ ਰਾਤ ਨੂੰ ਜੂਸ ਪੀਤਾ ਕਿ ਪਾਣੀ ਪੀਤਾ, ਉਹ ਦੱਸਣ ਦੀ ਜ਼ਰੂਰਤ ਮੀਡੀਆ ਨੂੰ ਨਹੀਂ ਹੁੰਦੀ। ਪਰ ਕੁਝ ਸਮੇਂ ਤੋਂ ਇਹ ਮਾੜੀ ਕਿਸਮਤ ਹੈ ਸਾਡੇ ਦੇਸ਼ ਦੀ ਵੀ, ਜਿਹੜਾ ਮੀਡੀਆ ਹੈ ਆਪਣੀ ਜਿਹੜੀ ਉਹ ਚੰਗੀ ਤਰ੍ਹਾਂ ਅਦਾ ਨਹੀਂ ਕਰ ਰਿਹਾ। ਤੁਸੀਂ ਮੀਡੀਆ ਦੀ ਅੱਖ ਚ ਤੀਰ ਪੈ ਗਿਆ ਕਹਿਤਾ ਬਿਲਕੁਲ ਸਹੀ ਆ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਵੇਂ ਟ੍ਰਾਂਸਪੇਰੈਂਟ ਦੀ ਗੱਲ ਕਰਤੀ ਡਾਕਟਰ ਸੰਧੂ ਸਾਹਿਬ ਉਹਨਾਂ ਨੇ, ਮੈਂ ਉਹਨਾਂ ਨਾਲ ਵੀ ਸਹਿਮਤ ਹਾਂ। ਪਰ ਮੀਡੀਆ ਨੂੰ ਆਪਦੀ ਭੂਮਿਕਾ ਜਿਹੜੀ ਆ ਉਹ ਬਾਖੂਬੀ ਜਿਹੜੀ ਆ ਉਹ ਸਹੀ ਨਿਭਾਉਣੀ ਚਾਹੀਦੀ ਆ, ਨਾ ਨਿਭਾਉਣ ਦਾ ਕਰਕੇ ਲੋਕਾਂ ਦਾ ਵਿਸ਼ਵਾਸ ਵਾਲੀਆ ਸਾਹਿਬ ਜਿਹੜਾ ਉਹ ਮੀਡੀਆ ਤੋਂ ਉੱਠਦਾ ਨਜ਼ਰ ਆਉਂਦਾ। ਤੁਸੀਂ ਇਲੈਕਟ੍ਰੋਨਿਕ ਵਿਸ਼ਵਾਸ ਯੋਗਤਾ, ਬਲਵਿੰਦਰ ਸਿੰਘ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਵਿਸ਼ਵਾਸ ਯੋਗਤਾ ਉਦੋਂ ਹੀ ਉੱਠਦੀ ਹੈ। ਮੈਂ ਸੰਧੂ ਸਾਹਿਬ ਨਾਲ ਸ਼ਾਇਦ ਉਹਨਾਂ ਸਹਿਮਤ ਇਸ ਕਰਕੇ ਨਹੀਂ ਕਿ ਟ੍ਰਾਂਸਪੇਰੈਂਟ ਜੋ ਹੁੰਦਾ ਉਹ ਸੱਚ ਹੁੰਦਾ ਹੈ, ਪਾਰਦਰਸ਼ਤਾ ਹੁੰਦੀ ਹੈ। ਇਹ ਮੀਡੀਆ ਚ ਪਾਰਦਰਸ਼ਤਾ ਨਹੀਂ ਹੈ, ਇਹ ਅਲਾਰਮ ਮੀਡੀਆ ਹੋ ਗਿਆ।
ਪਾਰਦਰਸ਼ਤਾ ਦੀ ਗੱਲ ਉਹਨਾਂ ਨੇ ਇਸ ਕਰਕੇ ਕੀਤੀ ਆ ਵੀ ਜੋ ਕਹਿ ਰਿਹਾ ਪਹਿਲਾਂ ਤਾਂ ਲੋਕਾਸ਼ ਪਾ ਕੇ ਅੱਗੇ ਮੀਡੀਆ ਕਰਦਾ ਹੁੰਦਾ ਸੀ, ਹੁਣ ਉਹ ਸਾਹਮਣੇ ਕਹਿਣ ਲੱਗ ਪਿਆ। ਜਿਹੜਾ ਇਲੈਕਟ੍ਰੋਨਿਕ ਮੀਡੀਆ ਦੀ ਕੁਝ ਚੈਨਲਾਂ ਦੀ ਆਪਾਂ ਗੱਲ ਕਰਦੇ ਹਾਂ, ਪੱਖਪਾਤ ਕਰਦਾ ਤੇ ਪੱਖਪਾਤ ਬਲਵਿੰਦਰ ਸਿੰਘ ਇਸ ਕਰਕੇ ਹੈ ਕਿ ਹੁਣ ਸਭ ਕੁਝ ਜੋ ਹੁੰਦਾ ਸਾਰਾ ਸਾਹਮਣੇ ਆ ਜਾਂਦਾ, ਔਰ ਜਿਹੜੀਆਂ ਜੇ ਜਦੋਂ ਤੁਸੀਂ ਲਗਾਤਾਰ ਕਰਦੇ ਹੋ, ਦੇਖੋ ਤੁਸੀਂ ਆਪ ਹੀ ਗੱਲ ਕੀਤੀ ਹੈ, ਜਿਸ ਦਿਨ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ ਉਸ ਦਿਨ ਗੱਲ ਹੋਈ ਕਿ ਤੇਜਸਵੀ ਯਾਦਵ ਨੇ ਨਰਾਤਿਆਂ ਚ ਮੱਛੀ ਖਾ ਲਈ। ਮਤਲਬ ਇਹ ਕੋਈ ਇਸ਼ੂ ਹੈ ਸਾਡੇ ਦੇਸ਼ ਦਾ? ਨਰਾਤਿਆਂ ਚ ਕੇਜਰੀਵਾਲ ਨੇ ਆਂਡਾ ਖਾ ਲਿਆ ਜਾਂ ਅੰਬ ਖਾ ਲਿਆ, ਤਾਂ ਅਸੀਂ ਕੀ ਲੈਣਾ? ਤੁਸੀਂ ਗੱਲ ਮੁੱਦਿਆਂ ਦੀ ਕਰੋ ਤੇ ਮੁੱਦਿਆਂ ਤੇ ਫਿਰ ਤੁਸੀਂ ਟਿੱਪਣੀ ਵੀ ਕਰੋ। ਜੇ ਤੁਸੀਂ ਭੀਲੀ ਭੀਤ ਜਾਂਦੇ ਹੋ ਉੱਥੇ ਗੱਲ ਕਰਦੇ ਹੋ ਕਿ ਜੀ ਸਿੱਖਾਂ ਦੀ ਕਾਂਗਰਸ ਸਿੱਖਾਂ ਨਾਲ ਧੱਕਾ ਕਰ ਰਹੀ ਹੈ, ਜੇ ਤੁਸੀਂ ਨੰਦੇੜ ਸਾਹਿਬ ਜਾਂਦੇ ਹੋ ਫਿਰ ਇਹੀ ਗੱਲ ਕਰਦੇ ਹੋ ਕਿ ਕਾਂਗਰਸ ਸਿੱਖਾਂ ਨਾਲ ਧੱਕਾ ਕਰ ਰਹੀ ਹੈ, ਕਿਤੇ ਹੋਰ ਜਾਂਦੇ ਕੁਛ ਹੋਰ ਕਹਿ ਰਹੇ ਹੋ ਤੇ ਕਿਸਾਨਾਂ ਦੇ ਮਾਮਲੇ ਚ ਕੁਛ ਹੋਰ ਕਹਿ ਰਹੇ ਹੋ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹਨਾਂ ਦਾ ਜਿਹੜਾ ਅਸਰ ਬਹੁਤ ਪੈਂਦਾ ਤੇ ਸੋਸ਼ਲ ਮੀਡੀਆ ਫਿਰ ਚੱਕਦਾ। ਜੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਬਣਦਾ ਜਿਹੜਾ ਸੁਭਾਸ਼ ਚੰਦਰ ਬੋਸ, ਜਦੋਂ ਕੋਈ ਬੀਬਾ ਇਹ ਕਹਿੰਦੀ ਹੈ ਨਾ ਜਿਹੜੀ ਉਮੀਦਵਾਰ ਆ ਭਾਰਤੀ ਜਨਤਾ ਪਾਰਟੀ ਦੀ, ਫਿਰ ਲੋਕ ਚੱਕ ਲੈਂਦੇ ਨੇ ਤੇ ਲੋਕ ਬਾਰ ਬਾਰ ਦਿਖਾਉਂਦੇ ਨੇ ਕਿ ਜੀ ਅਸੀਂ ਤਾਂ ਅੱਧੇ ਘੰਟੇ ਚ 23 ਫਸਲਾਂ ਤੇ MSP ਦੇ ਦਾਂਗੇ। ਇਹ ਹੈ ਮੀਡੀਆ ਦਾ ਅਸਰ ਜਿਹੜਾ ਪੈਂਦਾ, ਭੂਮਿਕਾ ਇਹਦੀ ਲਗਾਤਾਰ ਜਿਹੜੀ ਹੈ ਉਹ ਤੇ ਐਨਾਲਿਸਿਸ ਕਰਨਾ ਜ਼ਰੂਰੀ ਹੈ। ਖੜਿਆਲ ਸਾਹਿਬ ਜੇ ਤੁਹਾਡੀ ਆਵਾਜ਼ ਆ ਗਈ, ਗੱਲ ਅੱਗੇ ਵਧਾਈਏ ਆਪਾਂ। ਮੇਰੀ ਆਵਾਜ਼ ਆ ਰਹੀ ਵਾਲੀ ਸਾਹਿਬ? ਜੀ ਜੀ ਗੱਲ ਜੀ ਵਾਲੀ ਸਾਹਿਬ, ਮੀਡੀਆ ਲੋਕਾਂ ਦੇ ਅੱਖਾਂ ਦਾ, ਲੋਕਾਂ ਦੇ ਕੰਨਾਂ ਦਾ ਕੰਮ ਕਰਦਾ ਹੈ। ਤੇ ਇਹ ਜਿਹੜਾ ਮੀਡੀਆ ਹੈ, ਫੋਰਥ ਪਿਲਰ ਆਫ ਡੈਮੋਕਰੇਸੀ ਹੈ, ਇਹ ਲੋਕਾਂ ਦੀਆਂ ਅੱਖਾਂ ਤੇ ਲੋਕਾਂ ਦੇ ਕੰਨ ਇੱਕ ਪਾਰਟੀ ਦੇ ਹੱਥ ਦੇ ਵਿੱਚ ਹੈ, ਇੱਕ ਪਾਰਟੀ ਦੇ ਕਬਜ਼ੇ ਦੇ ਵਿੱਚ ਹੈ, ਜਿਹਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ, ਸਿਰਫ ਦੇਸ਼ ਨਹੀਂ ਸਾਰੀ ਦੁਨੀਆ ਜਾਣਦੀ ਹੈ। ਸੋ ਜੇ ਸਾਡਾ ਇੱਕ ਪਿਲਰ ਆਫ ਡੈਮੋਕਰੇਸੀ, ਸਾਡੇ ਅੱਖ ਤੇ ਸਾਡੀਆਂ ਸਾਡੇ ਜਿਹੜੇ ਕੰਨ ਹੈ ਉਹ ਇੱਕ ਪਾਰਟੀ ਦੇ ਹੱਥ ਹੈ, ਤੇ ਸਾਨੂੰ ਸੱਚ ਪਤਾ ਕਿਵੇਂ ਲੱਗੂਗਾ? ਉਹ ਪਾਰਟੀ ਦੇ ਬਲੰਡਰਸ, ਉਹ ਪਾਰਟੀ ਦੇ ਵੱਡੇ ਤੋਂ ਵੱਡੇ ਫੇਲੀਅਰਸ, ਤੇ ਉਹ ਤਾਂ ਸਾਡੇ ਕੋਲੇ ਪਹੁੰਚਣਗੇ ਨਹੀਂ, ਕਿਉਂਕਿ ਪਾਰਟੀ ਚਾਹੁੰਦੀ ਨਹੀਂ ਹੈ। ਤੇ ਜਿੱਥੇ ਪਾਰਟੀ ਨੇ ਮਾੜਾ ਜਿਹਾ 1% ਚੰਗਾ ਕੰਮ ਕੀਤਾ, ਉਹਨਾਂ ਨੂੰ 100% ਬਣਾ ਕੇ ਦਿਖਾਇਆ ਜਾਂਦਾ ਹੈ ਤਾਂ ਕਿ ਇਨਫਲੂਐਂਸ ਕੀਤਾ ਜਾ ਸਕੇ ਲੋਕਾਂ ਨੂੰ, ਉਹਨਾਂ ਦੇ ਮਨ ਨੂੰ ਇੰਪੈਕਟ ਕੀਤਾ ਜਾ ਸਕੇ। ਹੁਣ ਵਾਲੀਆ ਸਾਹਿਬ, ਅਸੀਂ ਰੀਜਨਲ ਮੀਡੀਆ ਤੇ ਵੀ ਜਾਂਦੇ ਹਾਂ, ਅਸੀਂ ਨੈਸ਼ਨਲ ਮੀਡੀਆ ਤੇ ਵੀ ਜਾਂਦੇ ਹਾਂ, ਤੇ ਅਸੀਂ ਇਹ ਦੇਖਿਆ ਹੈ ਕਿ ਇੱਕ ਤਾਂ ਜਿਹੜਾ ਭੇਦਭਾਵ ਹੈਗਾ ਕਿ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਬਾਇਸ ਹੁੰਦੀ ਹੈ ਪਾਰਟੀਜ਼ ਦੇ ਵਿੱਚ ਜੋ ਨਹੀਂ ਹੋਣੀ ਚਾਹੀਦੀ। ਫਿਰ ਇੰਟਰਪਸ਼ਨਸ ਬਹੁਤ ਹੁੰਦੀਆਂ, ਇੱਕ ਪਾਰਟੀ ਤਾਂ ਐਸੀ ਹੈ ਜਿਹਨੂੰ ਜਮਾਂ ਕੋਈ ਕੁਛ ਨਹੀਂ ਕਹਿੰਦਾ, ਭਾਵੇਂ 10 ਮਿੰਟ ਬੋਲੀ ਜਾਣ, ਕੁਛ ਚੈਨਲਸ ਐਸੇ ਹੈਗੇ ਹੈ, ਤੇ ਦੂਜੇ ਪਾਸੇ ਜਦੋਂ ਆਪੋਜੀਸ਼ਨ ਬੋਲਦੀ ਹੈ ਤੇ ਉਹਨਾਂ ਦੀ ਆਵਾਜ਼ ਨੂੰ ਜਾਂ ਤਾਂ ਦਬਾਇਆ ਜਾਂਦਾ ਇੰਟਰਪਟ ਕਰਕੇ, ਜਾਂ ਉਹਨਾਂ ਦਾ ਫੀਡਰ ਥੱਲੇ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਉਹਨਾਂ ਨੂੰ ਮੌਕਾ ਘੱਟ ਦਿੱਤਾ ਜਾਂਦਾ ਹੈ, ਜਾਂ ਫਿਰ ਜਿਹੜੇ ਐਂਕਰ ਹੈ ਕੁਛ ਉਹ ਆਪ ਪ੍ਰਵਕਤਾ ਬਣ ਜਾਂਦੇ ਆ, ਬੁਲਾਰੇ ਬਣ ਜਾਂਦੇ ਆ। ਸੋ ਦਿੱਕਤ ਇੱਥੇ ਆਉਂਦੀ ਹੈ ਕਿ ਲੋਕਾਂ ਨੇ ਵੀ ਜਿਹੜੀ ਆਪੋਜੀਸ਼ਨ ਹੈ ਉਹਦੇ ਨੁਮਾਇੰਦੇ ਜਿਤਾ ਕੇ ਪਾਰਲੀਮੈਂਟ ਚ ਵਿਧਾਨ ਸਭਾ ਚ ਭੇਜੇ ਹੁੰਦੇ ਹੈ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਨ, ਤੇ ਮੀਡੀਆ ਦੀ ਉਦੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਕਾਊਂਟੇਬਿਲਿਟੀ, ਜਵਾਬਦੇਹੀ ਸਰਕਾਰ ਦੀ ਫਿਕਸ ਕਰਨ। ਉਹ ਕਿਵੇਂ ਹੋਊਗੀ ਵਾਲੀਆ ਸਾਹਿਬ ਜਦੋਂ ਸਵਾਲ ਪੁੱਛਣਗੇ? ਤੇ ਆਪਾਂ ਸਾਹਮਣੇ ਦੇਖਿਆ ਕਿ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ, ਇੱਕ। ਤੇ ਜਦੋਂ ਪ੍ਰੈਸ ਕਾਨਫਰੰਸ ਨਹੀਂ ਤੁਸੀਂ ਕਰੋਗੇ, ਤੁਹਾਨੂੰ ਸਵਾਲ ਕੋਈ ਨਹੀਂ ਹੋਊਗਾ। ਜਦੋਂ ਸਵਾਲ ਨਹੀਂ ਹੋਊਗਾ ਤੇ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਕਿਹੜੇ ਹਿਸਾਬ ਨਾਲ ਮਿਲਣਗੇ? ਤੁਸੀਂ ਚਾਹੁੰਦੇ ਨਹੀਂ ਕਿ 2-way ਕਮਿਊਨੀਕੇਸ਼ਨ ਹੋਵੇ, ਤੁਸੀਂ ਚਾਹੁੰਦੇ 1-way ਹੋਵੇ,
ਕਿ ਸਾਡੇ ਕੋਲੇ ਸਵਾਲ ਨਾ ਆਵੇ, ਅਸੀਂ ਜੋ ਲੋਕਾਂ ਨੂੰ ਕਹਿਣਾ ਅਸੀਂ ਬਸ ਦੱਸ ਦਈਏ, ਅਸੀਂ ਤੁਹਾਡੇ ਕੋਲੇ ਆਪਦੇ ਮਨ ਦੀ ਗੱਲ ਕਰ ਲਈਏ, ਮਨ ਕੀ ਬਾਤ ਆਪਦੀ ਕਰ ਲੈਂਦੇ ਹੋ, ਲੋਕਾਂ ਦੇ ਮਨ ਦੀ ਗੱਲ ਕਦੋਂ ਸੁਣਨਾ ਸ਼ੁਰੂ ਕਰੂ ਭਾਰਤੀ ਜਨਤਾ ਪਾਰਟੀ ਦੀ ਸਰਕਾਰ? ਦਿੱਕਤ ਤਾਂ ਇਹੀ ਹੈ। ਤੇ ਮੀਡੀਆ ਚ ਆਪਣਾ ਮੀਡੀਆ ਨੂੰ ਕਿੱਥੇ ਤੱਕ ਕਹਿਣਾ ਚਾਹੀਦਾ ਹੈ ਵੀ ਤੁਸੀਂ ਪ੍ਰਧਾਨ ਮੰਤਰੀ ਹੋ, ਉਹਨਾਂ ਨੂੰ ਐਗਜ਼ਾਮਪਲ ਦੇਣਾ ਚਾਹੀਦਾ ਸਰਦਾਰ ਮਨਮੋਹਨ ਸਿੰਘ ਜੀ ਦਾ, ਜਿਨ੍ਹਾਂ ਨੇ ਅਰਾਊਂਡ 116 ਪ੍ਰੈਸ ਕਾਨਫਰੰਸਿਸ ਕੀਤੀਆਂ ਸੀਗੀਆਂ। ਤੇ ਆਮ ਆਦਮੀ ਪਾਰਟੀ ਬਾਰੇ ਮੈਂ ਇੱਕ ਟਿੱਪਣੀ ਕਰੂੰਗਾ, ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਯੂਨਿਟ ਹੈ ਇੱਕ ਸਿੱਕੇ ਦੇ ਦੋ ਪਹਿਲੂ ਵਰਗਾ, ਮੈਂ ਦੱਸਦਾ ਕਿਉਂ। ਵਾਲੀਆ ਸਾਹਿਬ, ਜੋ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਕਰਦੀ ਹੈ ਮੀਡੀਆ ਮਤਲਬ, ਉਹ ਆਮ ਆਦਮੀ ਪਾਰਟੀ ਸਟੇਟ 'ਚ ਕਰਦੀ ਹੈ ਮੀਡੀਆ ਮਤਲਬ। ਐਗਜ਼ਾਮਪਲ, ਅੱਜ ਆਪਾਂ ਡਿਬੇਟ ਕਰ ਰਹੇ ਹਾਂ ਮੀਡੀਆ ਦੇ ਰੋਲ ਤੇ, ਕਿ ਆਮ ਆਦਮੀ ਪਾਰਟੀ ਇੱਥੇ ਮੌਜੂਦ ਹੈ, ਕਿ ਆਮ ਆਦਮੀ ਪਾਰਟੀ ਨੇ ਆਪਦਾ ਬੁਲਾਰਾ ਭੇਜਿਆ, ਇੱਥੋਂ ਕੀ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਨਹੀਂ ਇਹਦੇ ਗੱਲ ਹੋਵੇ, ਲੋਕ ਅਵੇਅਰ ਹੋਣ, ਲੋਕਾਂ 'ਚ ਜਾਗਰੂਕਤਾ ਪੈਦਾ ਹੋਵੇ। ਮੈਂ ਪੁੱਛੂੰਗਾ ਆਮ ਆਦਮੀ ਪਾਰਟੀ ਸਰਕਾਰ ਨੂੰ, ਤੁਹਾਨੂੰ ਦਿੱਕਤ ਕੀ ਹੈ ਮੁੱਦੇ ਨਾਲ, ਤੁਹਾਡੀ ਪ੍ਰੋਬਲਮ ਕੀ ਹੈ ਜੀ, ਮਤਲਬ ਕਿ ਜੇ ਤੁਹਾਡੀ ਸਰਕਾਰ ਬਣ ਗਈ ਤੁਸੀਂ ਚਾਹੁੰਦੇ ਹੋ ਕਿ ਟੌਪਿਕ ਵੀ ਤੁਹਾਡੇ ਹਿਸਾਬ ਦਾ ਹੀ ਹੋਵੇ, ਤੇ ਜੇ ਆਪਣਾ ਲੋਕਾਂ ਦੇ ਫਾਇਦੇ ਦਾ ਹੈ, ਲੋਕਾਂ ਦੀ ਜਾਣਕਾਰੀ 'ਚ ਵਾਧਾ ਹੁੰਦਾ, ਉਹ ਟੌਪਿਕ ਕਰਕੇ ਤੁਸੀਂ ਬੁਲਾਰਾ ਨਹੀਂ ਭੇਜੋਗੇ? ਨਿੰਦਾ ਕਰਦੇ ਹਾਂ ਅਸੀਂ ਇਸ ਬਿਹੇਵੀਅਰ ਦੀ, ਇਹ ਤੌਰ ਤਰੀਕੇ ਦੀ। ਤੇ ਅਖੀਰਲੀ ਚੀਜ਼ ਵਾਲੇ ਸਾਹਿਬ, ਲਾਸਟ ਚੀਜ਼, ਮੈਂ ਇੰਨੀ ਗੱਲ ਕਹੂੰਗਾ ਕਿ ਮੀਡੀਆ ਵੀ ਨਾ ਅਫੈਕਟ ਬਹੁਤ ਤਰੀਕੇ ਨਾਲ ਹੋਇਆ। ਤੁਸੀਂ ਦੇਖੋ ਕਿੰਨੇ ਜਰਨਲਿਸਟ ਫੜ ਕੇ ਅੰਦਰ ਦੇ ਤੇ, ਵੱਡੇ ਵੱਡੇ ਕੇਸ ਉਹਨਾਂ ਤੇ ਲਾ ਤੇ, ਜਲਦੀ ਕਦੇ ਜ਼ਮਾਨਤਾਂ ਨਹੀਂ ਹੁੰਦੀਆਂ, ਉਹ ਸੈਕਸ਼ਨ ਇੰਨੇ ਸਟ੍ਰਿੰਜੈਂਟ ਨੇ, ਸਖ਼ਤ ਨੇ। ਫਿਰ ਕੁਛ ਮੀਡੀਆ ਚੈਨਲ ਜਿਹੜੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਡਰਾਉਂਦੀ ਹੈ ਕੋਈ ਇੱਕ ਪਾਰਟੀ ਹੈ ਜਿਹਦੇ ਬਾਰੇ ਸਭ ਨੂੰ ਪਤਾ, ਉਹ ਡਰਾਉਂਦੀ ਹੈ, ਧਮਕਾਉਂਦੀ ਹੈ ਤੇ ਅਕਾਊਂਟ ਤੱਕ ਸਸਪੈਂਡ ਕਰ ਦਿੰਦੀ ਹੈ। ਮੈਂ ਤੁਹਾਨੂੰ 25-30 ਐਗਜ਼ਾਮਪਲ ਕਰਾ ਸਕਦਾ ਜਿੱਥੇ ਜਿਹੜੇ ਮੀਡੀਆ ਚੈਨਲ ਨੇ ਚੰਗੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ, ਅਗਲੇ ਦਿਨ ਤੱਕ ਪਤਾ ਲੱਗਦਾ ਸੀ ਉਹ ਖਤਮ ਹੀ ਹੋ ਗਿਆ ਚੈਨਲ, ਰਹੇ ਹੀ ਨਹੀਂ, ਤੇ ਜਾਂ ਫਿਰ ਫੜ ਕੇ ਉਹਦੇ ਐਡੀਟਰ ਨੂੰ ਅੰਦਰ ਦੇਤਾ, ਤੇ ਜਾਂ ਫਿਰ ਫੜ ਕੇ ਉਹਦੇ ਜਿਹੜੇ ਮਾਲਕ ਹੈਗੇ ਉਹਨਾਂ ਨੂੰ ਫੜ ਕੇ ਅੰਦਰ ਦੇਤਾ। ਤੇ ਇਹ ਜੇ ਚੀਜ਼ਾਂ ਜਿਹੜੀਆਂ ਨਾ ਵਾਲੀਆ ਸਾਹਿਬ, ਬੜੇ ਸਿਸਟਮ ਨਾਲ ਕੀਤੀਆਂ ਗਈਆਂ, ਇਹ ਸਾਰਾ ਕੁਝ ਸਾਡੀ ਸਰਕਾਰ ਬਣ ਗਈ ਨੂੰ ਠੀਕ ਕੀਤਾ ਜਾਊਗਾ। ਐਡਵੋਕੇਟ ਖੜਿਆਲ, ਐਡਵੋਕੇਟ ਖੜਿਆਲ ਸਾਹਿਬ, ਤੁਹਾਡਾ ਜਿਹੜੀਆਂ ਗੱਲਾਂ ਦਾ ਜਵਾਬ ਦੇਣ ਲਈ ਸਾਡੇ ਕੋਲ ਬਲੀਓਵਾਲ ਸਾਹਿਬ ਨੇ, ਭਾਰਤੀ ਜਨਤਾ ਪਾਰਟੀ ਵੱਲੋਂ। ਬਲੀਓਵਾਲ ਸਾਹਿਬ, ਹੈਲੋ, ਆਵਾਜ਼ ਆ ਰਹੀ ਹੈ ਜੀ? ਹੈਲੋ, ਬਲੀ ਜੀ ਆਵਾਜ਼ ਆ ਰਹੀ ਹੈ ਜੀ? ਜੀ, ਪ੍ਰਿਤਪਾਲ ਸਿੰਘ ਜੀ, ਬਲੀਓਵਾਲ ਸਾਹਿਬ, ਜਿਹੜੀ ਅੱਜ ਦੇ ਮੀਡੀਆ ਤੇ ਗੱਲ ਚੱਲ ਰਹੀ ਹੈ ਉਹਦੇ ਤੇ ਤੁਹਾਡੀ ਟਿੱਪਣੀ। ਅੱਛਾ, ਜਿਹੜਾ ਤੁਹਾਡਾ ਟੌਪਿਕ ਹੈ ਜੀ ਕਿ ਮੈਂ ਉਸ ਕੁਰਸੀ ਤੇ ਬਿਠਾਇਆ ਕਿ ਜਿੱਥੇ ਦੇਸ਼ ਦੀ ਸਰਕਾਰ ਚਲਾ ਰਹੀ ਹੈ ਤੇ ਤੁਹਾਡੇ ਸਵਾਲੀਆ ਨਿਸ਼ਾਨ ਵੀ ਉਸ ਪਾਰਟੀ ਨੂੰ ਲੈ ਕੇ ਮੁੱਖ ਤੌਰ ਤੇ ਹੈ, ਪਰ ਗੱਲ ਇਹ ਹੈ ਵਾਲੀਆ ਸਾਹਿਬ, ਜਿਹੜੀ ਇਹ ਸੈਂਸਰਸ਼ਿਪ ਜਾਂ ਤੁਸੀਂ ਬਾਕੀ ਚੀਜ਼ਾਂ ਕਰਦੇ ਗੱਲ ਕੀਤੀ ਹੈ, ਉਹ ਜਦੋਂ ਐਮਰਜੈਂਸੀ ਲੱਗੀ ਸੀ ਨਾ, ਉਦੋਂ ਮਾੜਾ ਦੌਰ ਤਾਂ ਮੇਰੇ ਹਿਸਾਬ ਨਾਲ ਕਦੀ ਮੀਡੀਆ ਨੇ ਵੇਖਿਆ ਨਹੀਂ ਹੈਗਾ, ਜਦੋਂ ਸਭ ਕੁਝ ਹੀ ਬੰਦ ਕਰ ਦਿੱਤਾ ਗਿਆ। ਤੇ ਮੈਨੂੰ ਲੱਗਦਾ ਕਿ ਠੀਕ ਹੈ, ਸਵਾਲ ਹੋਣੇ ਚਾਹੀਦੇ ਆ, ਗੱਲਾਂ ਹੋਣੀਆਂ ਚਾਹੀਦੀਆਂ ਨੇ, ਉਹ ਚਾਹੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਪਰ ਜੇ ਅਸੀਂ ਅੱਜ ਉਸ ਚੀਜ਼ ਦੇ ਉੱਪਰ ਸੱਚ ਨਾਲ ਗੱਲ ਰੱਖਣ ਲੱਗ ਗਈਏ, ਮੇਰੇ ਹਿਸਾਬ ਨਾਲ ਸਾਡੇ ਮੀਡੀਆ ਵਾਲੇ ਦੋਸਤ ਹੀ ਬਹੁਤ ਜ਼ਿਆਦਾ ਮੇਰੇ ਦੁਸ਼ਮਣ ਬਣ ਜਾਣਗੇ। ਉਸ ਦੇ ਵਿੱਚ ਕੋਈ ਵੀ ਚੈਨਲ ਹੋ ਸਕਦਾ, ਈਵਨ ਚੜ੍ਹਦੀ ਕਲਾ ਚੈਨਲ ਤੇ ਵੀ ਹੋ ਸਕਦੀ ਹੈ ਗੱਲ ਉਸ ਚੀਜ਼ ਦੇ ਉੱਪਰ। ਪਰ ਕਹਾਣੀ ਇਹ ਹੈ ਕਿ ਰੋਲ ਆਫ ਮੀਡੀਆ, ਤੁਸੀਂ ਡੀਡੀ ਨਿਊਜ਼ ਤੋਂ ਚਾਲੂ ਕੀਤੀ, ਡੀਡੀ ਨਿਊਜ਼ ਦੇ ਲੋਗੋ ਤੋਂ ਚਾਲੂ ਕੀਤੀ, ਉਹ 1960-69 ਦੇ ਵਿੱਚ ਜਦੋਂ ਡੀਡੀ ਨਿਊਜ਼ ਡੀਡੀ ਨੈਟਵਰਕ ਚੱਲਿਆ ਵਾ, ਉਦੋਂ ਬਾਅਦ 4 ਵਾਰ ਰੰਗ ਬਦਲ ਚੁੱਕਿਆ। ਉਹਨੂੰ ਮੌਕੇ ਪਹਿਲਾ ਰੰਗ ਵੀ ਉਦੋਂ ਕੀ ਕਹਿੰਦੇ ਆ ਭਗਵਾਨ ਸੀ, ਜਾਂ ਤੁਸੀਂ ਔਰੇਂਜ ਰੰਗ ਕਹਿ ਲਓ, ਲਾਲ ਹਰਾ ਪੀੜਾ 3 ਵਾਰ ਬਦਲ ਚੁੱਕਿਆ ਆਲਰੇਡੀ। ਉਸ ਚੀਜ਼ ਨੂੰ ਰੰਗਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਲੋਕਾਂ ਦੀ ਆਈਡੀਓਲੋਜੀ, ਲੋਕਾਂ ਦੀ ਸੋਚ, ਲੋਕਾਂ ਦਾ ਗੱਲ ਰੱਖਣ ਦਾ ਤਰੀਕਾ। ਤੁਸੀਂ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹੋ ਜਾਂ ਸਟੇਟ ਮੀਡੀਆ ਦੀ ਗੱਲ ਕਰਦੇ ਹੋ, ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ,
ਸੋਸ਼ਲ ਮੀਡੀਆ ਤੇ ਤਾਂ ਅਫਵਾਹਾਂ ਹੀ ਇੰਨੀਆਂ ਕੁ ਵਧਾ ਦਿੱਤੀਆਂ ਜਾਂਦੀਆਂ, ਗੱਲ ਇੰਨੀ ਕੁ ਹੁੰਦੀ ਆ, ਉਹਦਾ ਝੂਠ ਇੰਨਾ ਕੁ ਲਵੇਟ ਦਿੱਤਾ ਜਾਂਦਾ ਕਿ ਆਪਣੇ ਸਾਹਮਣੇ ਆਇਆ ਹੋਇਆ ਪਿਛਲੇ ਦਿਨ ਬਹੁਤ ਵਾਰ ਇੰਨੀ ਕੁ ਲਚੀਲੀ ਕੁ ਗੱਲਾਂ ਕੀਤੀਆਂ ਜਾਂਦੀਆਂ, ਇੰਨਾ ਕੁ ਮਸਾਲਾ ਤੜਕਾ ਲਾਇਆ ਜਾਂਦਾ, ਬੰਦਾ ਉਹੀ ਖੋਲ ਲੈਂਦਾ ਟੀ ਆਰ ਪੀ ਦੇ ਲਈ, ਲੋਕਾਂ ਦੇ ਮੂੰਹ ਦੇ ਉੱਪਰੋਂ ਜਾਂ ਕੁਝ ਐਸੀ ਗੱਲ ਕਹਾਉਣ ਦੇ ਲਈ ਜਿਹੜੇ ਸਾਡੇ ਉਹ ਸੋਸ਼ਲ ਮੀਡੀਆ ਦੇ ਰਿਲੇਟਡ ਪੱਤਰਕਾਰ ਸਹਿਬਾਨ ਨੇ, ਉਹ ਜਾਣ ਕੇ ਵੈਸੇ ਸਵਾਲ ਪੁੱਛਦੇ ਨੇ, ਜਾਣ ਕੇ ਮਾਈਕ ਅੱਗੇ ਕਰਦੇ ਨੇ, ਕੋਈ ਐਸੀ ਨੌਨਸੈਂਸ ਗੱਲ ਕਿਸੇ ਦੇ ਮੂੰਹ ਚੋਂ ਨਿਕਲੇ ਜਿਹਦੀ ਟੀ ਆਰ ਪੀ ਬਹੁਤ ਜ਼ਿਆਦਾ ਹੋਵੇ। ਇਹ ਅਸੂਲਨ ਮੈਂ ਇੱਕ ਜਨਰਲ ਗੱਲ ਕਰਦਾ ਵਾਂ ਕਿ ਜਿੰਨਾ ਕਿ ਬਥੇਰੇ ਆਗੂਆਂ ਨਾਲ ਹੋ ਚੁੱਕੀ ਹੋਊਗੀ ਇਹ ਗੱਲਾਂ। ਸੋ ਚਾਹੇ ਤੁਸੀਂ ਉਹ ਮੱਛੀ ਵਾਲੀ ਗੱਲ ਕਰ ਲਈ, ਕੇਜਰੀਵਾਲ ਦੇ ਆਂਡਿਆਂ ਦੀ ਗੱਲ ਕਰ ਲਈ, ਕੇਜਰੀਵਾਲ ਦੀ ਇਨਸੋਲੀਨ ਦੀ ਗੱਲ ਕਰ ਲਈ, ਮੁੱਖ ਮੰਤਰੀ ਦੇ ਟਵੀਟਾਂ ਦੀ ਗੱਲ ਕਰ ਲਈ, ਕੀ ਇਹ ਪੋਸੀਬਲ ਹੈਗੀ ਹੈ ਜੋ ਸੱਚਾਈਆਂ ਅੱਜ ਦੀ ਡੇਟ ਦੇ ਵਿੱਚ ਰਾਜਨੀਤਿਕ ਪਾਰਟੀਆਂ ਆਪਦੇ ਮੂੰਹ ਤੋਂ ਕਹਿੰਦੀਆਂ? ਮਤਲਬ ਪੋਲੀਟੀਕਲ, ਆਪਾਂ ਮੀਡੀਆ ਦੀ ਗੱਲ ਹੀ ਛੱਡਦੀ ਹੈ, ਰੋਜ਼ ਇੱਕ ਪਾਰਟੀ ਪੀਸੀ ਕਰਦੀ ਹੈ ਕਿ ਅੱਜ ਉਹਨਾਂ ਨੂੰ ਖਾਣ ਨੂੰ ਕੋਈ ਨੀ ਦਿੱਤਾ ਗਿਆ, ਅੱਜ ਉਹਨਾਂ ਨੇ ਅੰਬ ਖਾ ਲਏ, ਕੀ ਕਰੀਏ ਜੀ? ਜਦੋਂ ਅਗਲੇ ਸਵਾਲ ਕਰਨਗੇ ਜਵਾਬ ਹੋਏ ਜੇ ਦੇਣੇ ਪੈਂਦੇ ਆ। ਇਨਸੋਲਿਨ ਵੀ ਦਿੱਤੀ ਜਾ ਰਹੀ, ਇਜ਼ ਇਟ ਪੋਸੀਬਲ? ਆਪਾਂ ਇੱਕ ਦੇਸ਼ ਚ ਰਹਿੰਦੇ ਹਾਂ ਜਿੱਥੇ ਇੱਕ ਤੰਤਰ ਹੈਗਾ ਹੈ, ਜਿੱਥੇ ਰੋਜ਼ ਮੈਡੀਕਲ ਹੁੰਦੇ ਨੇ ਨਾਰਮਲ ਕੈਦੀਆਂ ਦੇ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ। ਮੈਂ ਇੱਕ ਰੈਫਰੈਂਸ ਤਾਂ ਹੋ ਸਕਦਾ ਹੈ, ਅੱਜ ਆਪਣਾ ਇਸ਼ੂ ਤਾਂ ਲੋਕ ਸਭਾ ਦੇ ਵਿੱਚ ਜਿਹੜੀ ਮੀਡੀਆ ਦੀ ਭੂਮਿਕਾ ਤੇ ਸੀ, ਜਿਹਦੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਕਿ ਅਫਵਾਹ ਫੈਲਦੀ, ਬਿਲਕੁਲ ਹੋ ਸਕਦਾ ਹੈ ਵਧਾ ਚੜਾ ਕੇ ਵੀ ਦੱਸਿਆ ਜਾ ਸਕਦਾ ਹੋਵੇ, ਲੇਕਿਨ ਸੱਚ ਵੀ ਸਾਹਮਣੇ ਆਉਂਦਾ ਹੈ। ਜੇ ਕੋਈ ਡਰੋਨ ਨਾਲ ਬੰਬ ਸੁੱਟਦਾ, ਅਥਰੂ ਗੈਸ ਸੁੱਟਦਾ, ਉਹ ਸੋਸ਼ਲ ਮੀਡੀਆ ਦਿਖਾ ਰਿਹਾ ਤੁਹਾਡੇ ਸਾਹਮਣੇ, ਨੈਸ਼ਨਲ ਮੀਡੀਆ ਨੇ ਨੀ ਦਿਖਾਉਣੀ ਉਹ ਗੱਲ। ਜੇ ਡਾਂਗਾ ਪੈਂਦੀਆਂ ਨੇ, ਕੁੱਟ ਪੈਂਦੀ ਹੈ ਕਿਸਾਨਾਂ ਤੇ, ਨੈਸ਼ਨਲ ਮੀਡੀਆ ਨੀ ਦਿਖਾਉਂਦਾ। ਖੈਰ, ਸਹਿਪਲਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਜੀ। ਬਾਲੀਆ ਸਾਹਿਬ, ਲੋਕਤੰਤਰ ਦਾ ਚੌਥਾ ਥੰਮ, ਜਿਸ ਤਰ੍ਹਾਂ ਸਾਰੇ ਬੁਲਾਰਿਆਂ ਨੇ ਕਿਹਾ ਆ, ਮੀਡੀਆ ਨੇ ਬੜੇ ਅਹਿਮ ਤੇ ਕੀਰਤੀਮਾਨ ਸਥਾਪਿਤ ਕੀਤੇ ਨੇ ਲੋਕਤੰਤਰ ਨੂੰ ਸਥਾਪਿਤ ਕਰਨ ਦੇ ਵਿੱਚ। ਕਿਸੇ ਸਮੇਂ ਮੀਡੀਆ ਜਿਹੜੀ ਗੱਲ ਕਰ ਦਿੰਦਾ ਸੀ, ਚਾਹੇ ਉਹ ਪ੍ਰਿੰਟ ਮੀਡੀਆ ਹੋਵੇ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ, ਉਹ ਧਾਰਨਾ ਦੇ ਰੂਪ ਦੇ ਵਿੱਚ ਲੋਕਮਾਨਾਂ ਦੇ ਵਿੱਚ ਘਰ ਘਰ ਜਾਂਦੀ ਸੀ। ਪਰ ਅੱਜ ਕੱਲ੍ਹ ਦੇ ਹਾਲਾਤ ਇਸ ਤਰੀਕੇ ਦੇ ਬਣੇ ਪਏ ਨੇ, ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੀ ਬਹੁਤਾਤ ਹੋ ਗਈ ਹੈ, ਵੀ ਲੋਕ ਕਨਫਿਊਜ਼ ਹੋ ਜਾਂਦੇ ਨੇ ਕਿ ਕਿਹੜੀ ਖਬਰ ਸੱਚੀ ਹੈ, ਕਿਹੜੀ ਖਬਰ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ। ਹੁਣ ਜਿਹੜਾ ਖਬਰ ਦਾ ਤੱਥ ਦਾ ਆਧਾਰ ਜਿਹੜਾ ਉਹ ਤੈਅ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਉਹਦੇ ਵਿਊਜ਼ ਦੇ ਅਕੋਰਡਿੰਗਲੀ, ਜਿਸ ਖਬਰ ਦੇ ਵਿਊਜ਼ ਜ਼ਿਆਦਾ ਨੇ ਜਾਂ ਲੋਕ ਪਸੰਦ ਕਰਦੇ ਨੇ ਉਸ ਖਬਰ ਨੂੰ ਸਾਰਥਕ ਮੰਨ ਲਿਆ ਜਾਂਦਾ ਹੈ। ਪਰ ਫਿਰ ਵੀ ਮੈਂ ਇਸ ਗੱਲ ਦੀ ਤਾਰੀਫ ਕਰਾਂਗਾ, ਔਰ ਤੁਹਾਨੂੰ ਵੀ ਇਹ ਗੱਲ ਦੀ ਤਾਰੀਫ ਕਰਨੀ ਬਣੂ ਕਰਨੀ ਚਾਹੀਦੀ ਆ, ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਸਾਡੇ ਭਾਰਤ ਦੇਸ਼ ਦੇ ਮੁੱਖ ਚੋਣ ਅਧਿਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਆ ਫੇਸਬੁੱਕ ਲਾਈਵ ਹੋ ਕੇ ਲੋਕਾਂ ਦੇ ਸਵਾਲ ਜਵਾਬਾਂ ਦੇ ਵਿੱਚ ਦਿਲਚਸਪੀ ਦਿਖਾਈ ਹੈ, ਔਰ ਲੋਕਾਂ ਨੇ ਇਸ ਗੱਲ ਦੀ ਸਰਾਹਨਾ ਕੀਤੀ ਹੈ। ਮੈਂ ਇਸ ਤਰ੍ਹਾਂ ਦੇ ਮੀਡੀਆ ਦੇ ਰੋਲ ਦੀ ਜਿਹੜੀ ਹੈ ਉਹ ਸਾਰਥਿਕ ਭੂਮਿਕਾ ਦੀ ਜਿਹੜੀ ਹੈ ਉਹ ਸ਼ਲਾਘਾ ਵੀ ਕਰਦਾ ਆ, ਪਰ ਫਿਰ ਵੀ ਬਹੁਤ ਸਾਰੇ ਐਸੇ ਕਾਰਨ ਹੈ, ਸਾਰੇ ਬੁਲਾਰੇ ਉਹ ਚੀਜ਼ਾਂ ਨੂੰ ਬੋਲ ਚੁੱਕੇ ਨੇ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਿਵੇਂ ਖੜਿਆਲ ਸਾਹਿਬ ਨੇ ਇੱਕ ਗੱਲ ਕਹੀ ਆ ਵੀ ਮੋਦੀ ਸਾਹਿਬ ਕਿੰਨੀ ਵਾਰ ਜਿਹੜਾ ਹੈਗਾ ਆ ਉਹ ਮੀਡੀਆ ਦੇ ਰੂਬਰੂ ਹੋਏ ਨੇ, ਉਸ ਤਰ੍ਹਾਂ ਹੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੀ ਇੱਕ ਕਮਰੇ ਦੇ ਵਿੱਚ ਇੱਕ ਵੀਡੀਓ ਰਿਕਾਰਡ ਸੰਦੇਸ਼ ਜਿਹੜਾ ਉਹ ਜਾਰੀ ਮੀਡੀਆ ਨੂੰ ਕਰਦੇ ਨੇ। ਸੋ ਕਿਤੇ ਨਾ ਕਿਤੇ ਮੀਡੀਆ ਦੇ ਹੱਥਾਂ ਨੂੰ ਹੱਥਕੜੀਆਂ ਲਾ ਦਿੱਤੀਆਂ ਗਈਆਂ ਨੇ, ਜਿਸ ਤਰੀਕੇ ਨਾਲ
ਤੁਸੀਂ ਵੀ ਇਹ ਗੱਲ ਕਹੀ ਹੈ ਵੀ ਦੇਸ਼ ਦੀ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਕਿਤੇ ਨਾ ਕਿਤੇ ਭਰਪਾਰੂ ਹੁੰਦੀ ਹੈ ਮੀਡੀਆ ਤੇ, ਔਰ ਇਸ ਗੱਲ ਨੂੰ ਮੰਨਣਾ ਪਊਗਾ ਜਿਸ ਤਰੀਕੇ ਨਾਲ ਦੇਸ਼ ਦੀਆਂ ਬੰਦਰਗਾਹਾਂ, ਦੇਸ਼ ਦੇ ਹਵਾਈ ਖੇਤਰ, ਦੇਸ਼ ਦੇ ਹੋਰ ਖੇਤਰ, ਇੱਥੋਂ ਤੱਕ ਕਿ ਡਿਫੈਂਸ ਖੇਤਰ ਵੀ ਇੱਕ ਪਰਿਵਾਰ ਦੇ ਹਵਾਲੇ ਕਰ ਦਿੱਤੇ ਗਏ ਨੇ ਸੱਤਾਧਾਰੀ ਪਾਰਟੀ ਵੱਲੋਂ। ਔਰ ਜਿਹੜੀ ਤਾਜ਼ਾ ਉਦਾਹਰਣ ਮਿਲਦੀ ਹੈ ਜਿਹੜੀ ਆਪਾਂ ਚਰਚਾ ਕਰਕੇ ਵੀ ਹਟੇ ਹਾਂ, ਭਾਵੇਂ ਕਿ ਬਲੀਆਵਾਲ ਸਾਹਿਬ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਉਹ ਭਗਵਾ ਰੰਗ ਨਹੀਂ, ਉਹ ਔਰੇਂਜ ਕਲਰ ਹੈ, ਉਹ ਕਦੇ ਰੈੱਡ ਹੁੰਦਾ ਸੀ, ਇਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਤੁਹਾਡੀ ਮਾਨਸਿਕਤਾ ਦਰਸਾਉਂਦੀਆਂ ਇਹ ਗੱਲਾਂ ਜਿਹੜੀਆਂ ਲੋਕ ਮਨਾਂ 'ਚ ਘਾਰ ਕਰ ਚੁੱਕੀਆਂ ਨੇ। ਔਰ ਬੇਨਤੀ ਇਹ ਹੈ ਜਿਵੇਂ ਮੀਡੀਆ ਨੂੰ ਆਪਣੇ ਤੌਰ 'ਤੇ ਨਿਰਪੱਖ ਹੋ ਕੇ ਹਾਲੇ ਵੀ ਇਸ ਭੂਮਿਕਾ ਨੂੰ ਜ਼ਾਹਰ ਕਰਨਾ ਚਾਹੀਦਾ ਔਰ ਲੋਕ ਹਿੱਤਾਂ 'ਤੇ ਜਿਹੜੀਆਂ ਕਾਰਵਾਈਆਂ, ਕਿਉਂਕਿ ਦੇਖੋ ਦੇਸ਼ ਦੀ ਜੇ ਅਸੀਂ ਰਾਜਨੀਤਿਕ ਤੌਰ 'ਤੇ ਅੱਜ ਬੁਲਾਦੇ ਦੇ ਤੌਰ 'ਤੇ ਇੱਥੇ ਆਏ ਹਾਂ, ਰਾਜਨੀਤਿਕ ਖੇਤਰ ਦੇ ਵਿੱਚ ਵੀ ਮੀਡੀਆ ਪਰਸਨਸ ਨੇ ਬੜੇ ਵੱਡੇ ਰੋਲ ਅਦਾ ਕੀਤੇ ਨੇ, ਬੜੀਆਂ ਵੱਡੀਆਂ ਕੇਂਦਰੀ ਮੰਤਰੀ ਤੱਕ ਦੇ ਅਹੁਦੇ ਜਿਹੜੇ ਨੇ ਮੀਡੀਆ ਪਰਸਨਸ ਨੇ ਲਏ ਨੇ। ਸੋ ਇਸ ਕਰਕੇ ਸਾਰਥਿਕ ਭੂਮਿਕਾ ਦੀ ਆਸ ਹੈ ਔਰ ਅਸੀਂ ਤਾਂ ਇਹੀ ਉਮੀਦ ਵੀ ਕਰਾਂਗੇ ਸੋਸ਼ਲ ਮੀਡੀਆ ਤੋਂ, ਪ੍ਰਿੰਟ ਮੀਡੀਆ ਤੋਂ ਔਰ ਇਲੈਕਟ੍ਰੋਨਿਕ ਮੀਡੀਆ ਤੋਂ। ਸੈਂਪਲਾ ਸਾਹਿਬ ਆਜ਼ਾਦ ਜਾਂ ਪੱਖਪਾਤ ਤੋਂ ਬਿਨਾਂ ਮੀਡੀਆ ਦੀ ਭੂਮਿਕਾ ਉਦੋਂ ਹੋਊਗੀ ਜਦੋਂ ਮੀਡੀਆ ਆਜ਼ਾਦ ਹੋਊਗਾ। ਹੁਣ ਹੋ ਕੀ ਰਿਹਾ ਕਿ ਪਹਿਲੀ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਨਾ, ਪੋਲੀਟੀਕਲ ਪਾਰਟੀਜ਼ ਨੇ ਆਪਦੇ ਚੈਨਲ ਚਲਾ ਲਏ, ਜਿਹੜੀ ਪਾਰਟੀ ਨਾਲ ਸੈਂਪਲਾ ਸਾਹਿਬ ਜਿਹਨੂੰ ਰੀਪ੍ਰਜੈਂਟ ਕਰਦੇ ਨੇ ਇੱਥੇ ਬੈਠੇ, ਉਹਨਾਂ ਦਾ ਵੀ ਇੱਕ ਚੈਨਲ ਹੈ। ਤਾਮਿਲਨਾਡੂ ਦੇ ਵਿੱਚ ਤਾਂ ਲਗਭਗ ਹਰ ਇੱਕ ਪਾਰਟੀ ਦੇ ਆਪਦੇ ਚੈਨਲ ਨੇ ਸਾਊਥ ਦੇ ਵਿੱਚ। ਤੋ ਇਸ ਕਰਕੇ ਪਾਰਟੀਆਂ ਨੇ ਆਪਦੇ ਆਪਦੇ ਚੈਨਲ ਬਣਾ ਲਏ, ਆਪਦੇ ਆਪਦੇ ਸਪੋਕਸ ਪਰਸਨ ਉਹਨਾਂ ਦੀ ਗੱਲ ਕਰਦੇ ਨੇ, ਪਾਰਟੀਆਂ ਦੇ ਬੁਲਾਰੇ ਬਣੇ ਹੋਏ ਨੇ। ਤੇ ਫਿਰ ਸੱਚਮੁੱਚ ਜਿਹੜੀ ਗੱਲ ਰਵਿੰਦਰ ਸਿੰਘ ਸੈਂਪਲਾ ਨੇ ਕਹੀ ਹੈ, ਲੋਕਾਂ ਨੂੰ ਸੱਚ ਲੱਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਔਰ ਇਲੈਕਸ਼ਨ ਦੇ ਦਿਨਾਂ ਵਿੱਚ ਸੱਚ ਲੱਭਣਾ ਜ਼ਰੂਰੀ ਬੜਾ ਹੁੰਦਾ, ਕਿਉਂਕਿ ਅਗਲੇ 5 ਸਾਲ ਲਈ ਤੁਸੀਂ ਆਪਣੇ ਤੇ ਰਾਜ ਕਰਨ ਵਾਲੇ ਬੰਦਿਆਂ ਨੂੰ ਚੁਣਨਾ ਹੁੰਦਾ ਤੇ ਸੱਚ ਲੱਭਣ ਲਈ ਉਹਨਾਂ ਨੂੰ ਅਲੱਗ ਅਲੱਗ ਜਿਹੜੇ ਪਲੇਟਫਾਰਮ ਤੇ ਜਾਣਾ ਪੈਂਦਾ ਤੇ ਕਿੰਨਾ ਕੁ ਟਾਈਮ ਆ ਲੋਕਾਂ ਕੋਲ, ਇਹ ਵੀ ਸਮਝਣ ਵਾਲੀ ਗੱਲ ਹੈ। ਖੈਰ ਇਹ ਤੇ ਚਰਚਾ ਆਪਾਂ ਜਾਰੀ ਰੱਖਣੀ ਹੈ, ਇੱਕ ਬ੍ਰੇਕ ਹੋਰ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਬਰਵਿੰਦਰ ਸਿੰਘ, ਤੁਸੀਂ ਦੂਰਦਰਸ਼ਨ ਦੇ ਨਾਲ ਬਾਵਾਸਤਾ ਹੋ, ਦੂਰਦਰਸ਼ਨ ਦਾ ਰੰਗ ਭਗਵਾਂ ਹੋਇਆ ਜਾਂ ਨਹੀਂ ਹੋਇਆ, ਬਲੀਆਵਾਲ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ, ਕੀ ਕਹੋਗੇ? ਦੇਖੋ ਜੀ, ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਜਿਹੜੇ ਰੰਗਾਂ ਦੀ ਗੱਲ ਕਰਦੇ ਆ, ਮੈਂ ਉਹਨਾਂ ਤੇ ਬਾਹਲਾ ਵਿਸ਼ਵਾਸ ਨਹੀਂ ਕਰਦਾ। ਰੰਗ ਜੇ ਪਹਿਲਾਂ ਸੀ ਉਹ ਵੀ ਰਹਿਣ ਦਿੱਤਾ ਜਾਂਦਾ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ, ਜੇ ਹੁਣ ਬਦਲ ਦਿੱਤਾ ਤਾਂ ਲੋਕਾਂ ਦੀ ਸੋਚ ਜਿਹੜੀ ਆ ਨਾ ਉਹ ਸੋਚ ਵਧੀਆ ਹੋਣੀ ਚਾਹੀਦੀ ਹੈ, ਉਹਦੇ ਨਾਲ ਉਹਦੇ ਚ ਤਬਦੀਲੀ ਨਹੀਂ ਆਉਣੀ ਚਾਹੀਦੀ। ਪਰ ਗੱਲ ਮੀਡੀਆ ਦੀ ਜਦੋਂ ਅਸੀਂ ਕਰਦੇ ਹਾਂ, ਮੀਡੀਆ ਜੇ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ ਵਾਲੀਆ ਜੀ, ਤੇ ਉਹ ਕੀ ਮੀਡੀਆ ਆਪਦੀ ਜਿਹੜੀ ਭੂਮਿਕਾ ਨਿਭਾ ਰਿਹਾ, ਅੱਜ ਨੈਸ਼ਨਲ ਚੈਨਲ ਜਿਹੜੇ ਆ ਉਹ ਇੱਕ ਪਾਸੜ ਗੱਲ ਕਰਦੇ ਆ ਤੇ ਵਿਰੋਧੀ ਧਿਰ ਦਰਜਨ ਤੋਂ ਵੱਧ ਪੱਤਰਕਾਰਾਂ ਦੇ ਨਾਂ ਸਾਹਮਣੇ ਲਿਆਉਂਦਾ ਜੀ, ਇਹ ਪੱਤਰਕਾਰਾਂ ਦਾ ਬਾਈਕਾਟ ਕੀਤਾ ਜਾਵੇ, ਬਹੁਤ ਹੀ ਮਤਲਬ ਨਾਮੀ ਪੱਤਰਕਾਰ ਨੇ ਤੁਸੀਂ ਸਾਰੇ ਜਾਣਦੇ ਹੋ।
ਇਹ ਜਿਹੜਾ ਇੱਕ ਪਾਸੜ ਹੋ ਕੇ ਕਿਸੇ ਮੀਡੀਆ ਨੂੰ ਗੱਲ ਕਰਦੇ ਆ ਜਦੋਂ ਆਪਾਂ ਸੁਣਦੇ ਹਾਂ ਤਾਂ ਦਿਲ ਬੜਾ ਦੁਖਦਾ। ਗੱਲ ਕਹਿਣੀ ਜਿਹੜੀ ਆ ਮੀਡੀਆ ਦਾ ਸੱਚਾਈ ਸਾਹਮਣੇ, ਸਮੱਸਿਆਵਾਂ ਮੀਡੀਆ ਨੇ ਲਿਆਉਣੀਆਂ ਹੁੰਦੀਆਂ ਕਿ ਬੇਰੁਜ਼ਗਾਰੀ ਕਿੰਨੀ ਆ ਸਾਡੇ ਦੇਸ਼, ਸੜਕਾਂ ਦਾ ਕੀ ਹਾਲ ਹੈ, ਲੋਕਾਂ ਨੂੰ ਕੀ ਮਿਲ ਰਿਹਾ। ਹੁਣ ਸਾਡੀ ਸੈਂਟਰ ਗੌਰਮੈਂਟ ਕਹਿ ਰਹੀ ਹੈ ਕਿ 80 ਕਰੋੜ ਤੋਂ ਵੱਧ ਲੋਕਾਂ ਨੂੰ ਅਸੀਂ ਅਨਾਜ ਜਿਹੜਾ ਉਹ ਫ੍ਰੀ ਚ ਦਿੱਤਾ ਜਾ ਰਿਹਾ। ਇਹਦੇ ਲਈ ਕੁਝ ਮੀਡੀਆ ਚੈਨਲ ਜਿਹੜੇ ਆ ਸਰਕਾਰ ਦੀ ਤਾਰੀਫ ਕਰਦੇ ਆ ਤੇ ਬਹੁਤ ਘੱਟ ਪਰਸੈਂਟ ਮੀਡੀਆ ਪਰਸਨ ਨੇ ਜਿਹੜੇ ਇਹ ਕਹਿੰਦੇ ਆ ਕਿ ਦੇਸ਼ ਨੇ ਫਿਰ ਕਿੰਨੀ ਕੁ ਤਰੱਕੀ ਕੀਤੀ ਆ ਜੇ ਅਸੀਂ 80 ਤੋਂ 90 ਕਰੋੜ ਦੇ ਲੋਕਾਂ ਨੂੰ ਦੇਸ਼ ਵਿੱਚ ਹਾਲੇ ਖਾਣਾ ਹੀ ਦੇ ਰਹੇ ਹਾਂ ਤੇ ਆਸ ਕੀ ਕੀਤੀ ਜਾ ਸਕਦੀ ਹੈ। ਵਾਲੀਆ ਜੀ ਆਪਣਾ ਆਪਣਾ ਨਜ਼ਰੀਆ ਦੇਖਣ ਦਾ ਹਰੇਕ ਗੱਲ ਨੂੰ, ਪਰ ਜੇ ਲੋਕ ਜਾਂ ਜਿਹੜੇ ਲੋਕਾਂ ਨੂੰ ਅਸੀਂ ਗੱਲ ਦੱਸਣੀ ਹੈ ਜੇ ਸਹੀ ਤਰੀਕੇ ਨਾਲ ਮੀਡੀਆ ਆਪਦੀ ਭੂਮਿਕਾ ਨਹੀਂ ਅਦਾ ਕਰੂਗਾ ਤੇ ਸਾਡੇ ਦੇਸ਼ ਦੇ ਲੋਕ ਗਮਰਾਹ ਹੁੰਦੇ ਰਹਿਣਗੇ ਔਰ ਗਮਰਾਹ ਹੋ ਰਹੇ। ਔਰ ਕੁਛ ਪਾਰਟੀਆਂ ਦੀ ਮੈਂ ਗੱਲ ਕਰਦਾ, ਜਦੋਂ ਕਿਤੇ ਵਿਚਰਦੇ ਆ ਆਪਦਾ ਮੀਡੀਆ ਨਾਲ ਹੀ ਲੈ ਕੇ ਆਉਂਦੇ ਆ, ਜਿਹੜੇ ਸਥਾਨਕ ਪੱਤਰਕਾਰ ਨੇ ਉਹਨਾਂ ਨੂੰ ਉੱਥੇ ਇੰਟਰਵਿਊ ਨਹੀਂ ਕਰਨ ਦਿੱਤਾ ਜਾਂਦਾ ਕਿਉਂਕਿ ਸਥਾਨਕ ਪੱਤਰਕਾਰ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਸਚਾਈ ਲਿਖਣ ਲਈ ਕਹਿਣਾ ਹੁੰਦਾ ਔਰ ਆਪਦਾ ਮੀਡੀਆ ਜਦੋਂ ਨਾਲ ਲੈ ਕੇ ਆਉਂਦੇ ਜਿਹੜੀ ਗੱਲ ਕਰਨੀ ਹੁੰਦੀ ਆ ਉਹੀ ਉਹਨਾਂ ਨੇ ਦੱਸਣੀ ਹੁੰਦੀ ਹੈ ਕਿ ਉਹੀ ਪ੍ਰਿੰਟ ਮੀਡੀਆ ਚਾਹੁੰਦੀ ਹੈ ਉਹੀ ਇਲੈਕਟ੍ਰੋਨਿਕ। ਬਿਲਕੁਲ, ਤੁਸੀਂ ਜਿਹੜੀ ਅੱਜ ਕੱਲ ਮੈਨੇਜਡ ਇੰਟਰਵਿਊਜ਼ ਹੁੰਦੀਆਂ ਨੇ, ਜਿਹੜੇ ਲੋਕ ਕਹਿੰਦੇ ਨੇ ਕਿ ਮੋਦੀ ਸਾਹਿਬ ਨੇ, ਖੜਿਆਲ ਸਾਹਿਬ ਕਹਿ ਰਹੇ ਸੀ ਨਾ, ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਪਰ ਪਿਛਲੇ ਦਿਨੀ 78 ਮਿੰਟ ਦੀ ਇੰਟਰਵਿਊ ਦਿੱਤੀ ਹੈ ANI ਦੀ ਜਿਹੜੀ ਐਡੀਟਰ ਹੈ ਸਵਿਤਾ ਪ੍ਰਕਾਸ਼ ਨੂੰ। ਪਰ ਇਹ ਗੱਲ ਜ਼ਰੂਰ ਹੈ ਕਿ ਸਵਾਲ ਉਹ ਵੀ ਕੀਤੇ ਨੇ, ਕਾਊਂਟਰ ਕੁਐਸਚਨ ਨਹੀਂ ਕੀਤੇ, ਯਾਨੀ ਜਿਹੜੇ ਸਪਲੀਮੈਂਟਰੀ ਕੁਐਸਚਨ ਜਾਂ ਕ੍ਰੋਸ ਕੁਐਸਚਨ ਨਹੀਂ ਉਹਦੇ ਚ ਹੋਈ। ਖੜਿਆਲ ਸਾਹਿਬ ਇਹੀ ਹੈ ਕਿ ਤੁਸੀਂ ਸਵਾਲ ਲੈਣੇ ਨੇ, ਜਿਹੜੇ ਇੰਟਰਵਿਊ ਮੋਦੀ ਸਾਹਿਬ ਨੇ ਪਿਛਲੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਕੀਤੇ ਸੀਗੇ, ਜਿਹ ਚ ਬੜੇ ਅਹਿਮ ਸਵਾਲ ਹੋਏ, ਆਪ ਆਮ ਕੈਸੇ ਖਾਤੇ ਹੈ, ਆਪ ਚੂਸ ਕੇ ਖਾਤੇ ਆਮ ਜਾਂ ਛੀਲ ਕੇ ਖਾਤੇ ਹੈ, ਇਹ ਸਵਾਲ ਕਰਨੇ ਬਣਦੇ ਹੈ ਜਦੋਂ ਦੇਸ਼ ਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ, ਜਦੋਂ ਮਹਿੰਗਾਈ ਦਾ, ਗੁਰਬਤ ਦਾ, ਲੋਕਾਂ ਦੇ ਸਿਰ ਤੇ ਛੱਤ ਨੀ, ਖਾਣ ਨੂੰ ਖਾਣਾ ਨੀ, ਪੀਣ ਨੂੰ ਪਾਣੀ ਨੀ, ਪਾਉਣ ਨੂੰ ਕੱਪੜੇ ਨੀ, ਤੇ ਦੂਜੇ ਪਾਸੇ ਇਹ ਜੇ ਸਵਾਲ ਕਰਨੇ ਬਣਦੇ ਆ ਪ੍ਰਧਾਨ ਮੰਤਰੀ ਸਾਹਿਬ ਨੂੰ, ਲੋਕ ਤਾਂ ਭੁੱਖੇ ਮਰ ਰਹੇ ਹੈ ਤੇ ਤੁਸੀਂ ਪੁੱਛ ਰਹੇ ਅੰਬ ਕਿਵੇਂ ਖਾਈਦੇ ਆ। ਤੇ ਮੈਨੂੰ ਲੱਗਦਾ ਇੰਨੀ ਕੁ ਅਨਫੋਰਚੁਨੇਟ ਗੱਲ ਹੈ ਵਾਲੀਆ ਸਾਹਿਬ ਕਿ ਉਦੋਂ ਬਾਅਦ ਜਦੋਂ ਇੰਟਰਵਿਊ ਹੁੰਦੇ ਵੀ ਹੈ ਕੋਈ ਆਲੋਚਨਾ ਹੀ ਨਹੀਂ ਹੈ, ਮਤਲਬ ਕਿ ਪਾਰਟੀ ਕੁਛ ਗਲਤ ਕਰ ਹੀ ਨਹੀਂ ਸਕਦੀ, ਇਹਨਾਂ ਦੇ ਲੀਡਰ ਕੁਛ ਗਲਤ ਕਰ ਹੀ ਨਹੀਂ ਸਕਦੇ ਹੈ, ਇਹ ਤਾਂ ਪਰਫੈਕਟ ਨੇ। ਮੈਂ ਕਹਿੰਦਾ 10 ਸਾਲਾਂ ਦੇ ਵਿੱਚ ਏਡੇ ਕੁ ਵੱਡੇ ਵੱਡੇ ਇੰਨੇ ਕੁ ਵੱਡੇ ਇਸ਼ੂਜ਼ ਹੈ ਵਾਲੀਆ ਸਾਹਿਬ, ਉਹ ਜੇ ਉਜਾਗਰ ਹੁੰਦੇ, ਮੀਡੀਆ ਦਿਖਾਉਂਦਾ ਉਹਨਾਂ ਨੂੰ, ਸਾਰਾ ਮੀਡੀਆ ਦਿਖਾਉਂਦਾ, ਕੁਛ ਤਾਂ ਹੈਗੇ ਚੰਗੇ ਚੈਨਲ ਜਿਹੜੇ ਕੌਨਸ਼ੀਅੰਸ ਨੂੰ ਜਵਾਬ ਦਿੰਦੇ ਹੈ, ਜਿਹੜੇ ਮੋਰਲਸ ਨੂੰ, ਪ੍ਰਿੰਸੀਪਲਸ ਨੂੰ ਅੱਗੇ ਰੱਖਦੇ ਹੈ, ਲੇਕਿਨ ਸਾਰੇ ਮੀਡੀਆ ਚੈਨਲਸ ਉਹ ਚੀਜ਼ ਨਹੀਂ ਕਰ ਪਾ ਰਹੇ। ਕਿਸੇ ਦੀ ਕੋਈ ਮਜਬੂਰੀ ਹੈ, ਕਿਸੇ ਦਾ ਕੋਈ ਕਾਰਨ ਹੈ, ਕੁਛ ਹੈ, ਗੱਲ ਇਹ ਹੈ ਕਿ ਸਾਡਾ ਲੋਕਤੰਤਰ ਬਚਾ ਰਹਿਣਾ ਚਾਹੀਦਾ ਹੈ, ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਉਹ ਪੋਸੀਬਲ ਨਹੀਂ ਹੈ ਮੀਡੀਆ ਦਾ ਇੱਕ ਐਕਟਿਵ ਰੋਲ ਹੋਏ ਬਗੈਰ। ਤੇ ਦੂਜੀ ਗੱਲ, ਇੱਕ ਨਾ ਸਰਵੇ ਹੋਇਆ ਲੋਕਨੀਤੀ CSDS ਸਰਵੇ, ਉਹ ਚ ਵਾਲੀਆ ਸਾਹਿਬ ਦੱਸਿਆ ਗਿਆ ਕਿ 82% ਜਿਹੜੇ ਜਰਨਲਿਸਟ ਨੇ ਉਹ ਕਹਿੰਦੇ ਹੈ ਕਿ ਮੀਡੀਆ BJP ਨੂੰ ਫੇਵਰ ਕਰਦੀ ਹੈ, 82% ਜਰਨਲਿਸਟ। ਫਿਰ 61% ਜਰਨਲਿਸਟ ਨੇ ਉਹ ਸਰਵੇ ਦੇ ਵਿੱਚ ਕਿਹਾ ਕਿ ਓਪੋਜੀਸ਼ਨ ਦੇ ਨਾਲ ਮੀਡੀਆ ਅਨਫੇਵਰੇਬਲ ਹੈ, ਉਹਨਾਂ ਦੇ ਥੋੜਾ ਉਲਟ ਚੱਲਦਾ ਹੈ, ਇਹ 62% ਜਰਨਲਿਸਟ ਕਹਿ ਰਹੇ ਹੈ। ਫਿਰ ਤੀਜਾ, 4 ਚੋਂ 3 ਜਰਨਲਿਸਟ ਵਾਲੀਆ ਸਾਹਿਬ, 4 ਚੋਂ 3 ਕਹਿੰਦੇ ਹੈ ਕਿ ਮੀਡੀਆ ਫ੍ਰੀ ਨਹੀਂ ਰਿਹਾ, ਫ੍ਰੀ ਹੈ ਹੀ ਨਹੀਂ ਹੁਣ, ਇੰਡੀਪੈਂਡੈਂਟ ਹੈ ਹੀ ਨਹੀਂ। ਤੇ 55% ਜਰਨਲਿਸਟ ਨੇ ਇਹ ਚੀਜ਼ ਅਖਬਾਰਾਂ ਬਾਰੇ ਵੀ ਕਹੀ ਹੈ, ਨਿਊਜ਼ ਪੇਪਰ ਬਾਰੇ ਵੀ ਕਹੀ ਹੈ।
ਫਿਰ ਤੁਸੀਂ ਇਹ ਦੇਖੋ ਸਾਡੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਚਾਹੇ ਪੰਜਾਬ 'ਚ ਲਾ ਲਓ ਚਾਹੇ ਦੇਸ਼ 'ਚ ਲਾ ਲਓ, ਦੂਜੇ ਪਾਸੇ ਬੀਜੇਪੀ ਦੀ ਲਾ ਲਓ ਦੇਸ਼ 'ਚ ਤੇ ਆਮ ਆਦਮੀ ਪਾਰਟੀ ਦੀ ਪੰਜਾਬ 'ਚ, ਉਹਨਾਂ ਨੂੰ ਕਵਰੇਜ ਜ਼ਿਆਦਾ ਮਿਲਦੀ ਹੈ ਪ੍ਰੈਸ ਕਾਨਫਰੰਸ। ਜੇ 10 ਮਿੰਟ ਦੀ ਪੀਸੀ ਹੈ ਫਰਜ਼ ਕਰੋ ਉਹਨਾਂ ਦੀ, ਉਹ ਸਾਰਾ 8 ਮਿੰਟ ਚੱਲੇ 10 ਮਿੰਟ ਚੱਲੇ ਤੇ ਸਾਡੀ 1.5 ਮਿੰਟ ਚੱਲੇ ਚੱਲੇ ਹੀ ਨਾ, ਤੇ ਦੇਸ਼ 'ਚ ਵੀ ਤੇ ਪੰਜਾਬ 'ਚ ਵੀ। ਤੇ ਦੂਜਾ ਤੁਸੀਂ ਦੇਖੋ ਕਿ ਜਿਹੜੇ ਸਾਨੂੰ ਸਵਾਲ ਹੋਣਗੇ ਅਸੀਂ ਤਾਂ ਵੈਲਕਮ ਕਰਦੇ ਹਾਂ, ਮੇਰੀ ਆਪਦੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਮੈਂ ਜਿੰਨੇ ਸਵਾਲ ਹੁੰਦੇ ਆ ਹਰੇਕ ਨੂੰ ਵੈਲਕਮ ਕਰਦਾ, ਹਰੇਕ ਦਾ ਜਵਾਬ ਦਿੰਦਾ। ਤੇ ਹੁਣ ਤੁਹਾਨੂੰ ਮਾਨ ਸਾਹਿਬ ਦੀ ਗੱਲ ਦੱਸਦੇ ਆ, ਮਾਨ ਸਾਹਿਬ ਕੀ ਕਰਦੇ ਆ, ਇੱਕ ਮਾਈਕ ਪਿਆ ਹੁੰਦਾ ਉਹਨਾਂ ਦੇ ਮੂਹਰੇ, ਉਹ ਕਿਉਂ ਨੀ ਜੀ ਸਾਰੇ ਮੀਡੀਆ ਨੂੰ ਬੁਲਾਉਂਦੇ ਪੰਜਾਬ ਦੇ ਨੂੰ ਤੇ ਕਰਦੇ ਪ੍ਰੈਸ ਕਾਨਫਰੰਸ, ਕਿਉਂ ਨੀ ਜਰਨਲਿਸਟ ਦੇ ਮੀਡੀਆ ਦੇ ਲੋਕਾਂ ਦੇ ਸਵਾਲ ਲੈ ਕੇ ਉਹ ਰਾਜ਼ੀ, ਇੱਕ ਮਾਈਕ ਕਿਉਂ ਰੱਖਦੇ ਹੋ? ਤੇ ਉੱਥੇ ਦਿੱਲੀ ਦੇ ਵਿੱਚ ਵੀ ਇਹੀ ਸਿਸਟਮ ਹੈ, ਦਿੱਲੀ 'ਚ ਵੀ ਜਾਂ ਤਾਂ ਇੱਕ ਮਾਈਕ ਹੋਊਗਾ ਜਾਂ ਪ੍ਰੈਸ ਕਾਨਫਰੰਸ ਹੀ ਨਹੀਂ ਹੋਊਗੀ, ਇੰਨਾ ਡਰ ਲੱਗਦਾ ਸਵਾਲਾਂ ਤੋਂ ਇਹਨਾਂ ਨੂੰ। ਫਿਰ ਦੂਜੀ ਗੱਲ, ਸਿਰਫ ਇੱਕ ਇੰਸਟੀਟਿਊਸ਼ਨ ਨਹੀਂ ਹੈ ਮੀਡੀਆ ਦਾ, ਜੁਡੀਸ਼ਰੀ ਦਾ। ਵਾਲੀਆ ਸਾਹਿਬ ਥੋੜੇ ਟਾਈਮ ਪਹਿਲਾਂ 21 ਜੱਜਸ ਨੇ ਫਾਰਮਰ, ਕੁਝ 4 ਸੁਪਰੀਮ ਕੋਰਟ ਜੱਜਸ ਤੇ 17 ਫਾਰਮਰ ਹਾਈ ਕੋਰਟ ਜੱਜਸ, ਉਹਨਾਂ ਨੇ ਸੀਜੇ ਸਾਹਿਬ ਨੂੰ ਲਿਖਿਆ ਪ੍ਰੈਸ਼ਰ ਮਾਊਂਟ ਹੋ ਰਿਹਾ ਜੁਡੀਸ਼ਰੀ ਤੇ। ਉਦੋਂ ਪਹਿਲਾਂ 600 ਵਕੀਲਾਂ ਨੇ ਲਿਖਿਆ ਸੀਗਾ, ਉਦੋਂ ਪਹਿਲਾਂ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਬਰਵਿੰਦਰ ਸਿੰਘ, ਤੁਸੀਂ ਦੂਰਦਰਸ਼ਨ ਦੇ ਨਾਲ ਵਾਵਾਸਤਾ ਹੋ, ਦੂਰਦਰਸ਼ਨ ਦਾ ਰੰਗ ਭਗਵਾਂ ਹੋਇਆ ਜਾਂ ਨਹੀਂ ਹੋਇਆ, ਬਲੀਵਾਲ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ, ਕੀ ਕਹੋਗੇ? ਦੇਖੋ ਜੀ, ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਜਿਹੜੇ ਰੰਗਾਂ ਦੀ ਗੱਲ ਕਰਦੇ ਆ, ਮੈਂ ਉਹਨਾਂ ਤੇ ਬਾਹਲਾ ਵਿਸ਼ਵਾਸ ਨਹੀਂ ਕਰਦਾ। ਰੰਗ ਜੇ ਪਹਿਲਾਂ ਸੀ ਉਹ ਵੀ ਰਹਿਣ ਦਿੱਤਾ ਜਾਂਦਾ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ, ਜੇ ਹੁਣ ਬਦਲ ਦਿੱਤਾ ਤਾਂ ਲੋਕਾਂ ਦੀ ਸੋਚ ਜਿਹੜੀ ਆ ਨਾ ਉਹ ਸੋਚ ਵਧੀਆ ਹੋਣੀ ਚਾਹੀਦੀ ਹੈ, ਉਹਦੇ ਨਾਲ ਉਹਦੇ 'ਚ ਤਬਦੀਲੀ ਨਹੀਂ ਆਉਣੀ ਚਾਹੀਦੀ। ਪਰ ਗੱਲ ਮੀਡੀਆ ਦੀ ਜਦੋਂ ਅਸੀਂ ਕਰਦੇ ਹਾਂ, ਮੀਡੀਆ ਜੇ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ ਵਾਲੀਆ ਜੀ, ਤੇ ਉਹ ਕੀ ਮੀਡੀਆ ਆਪਦੀ ਜਿਹੜੀ ਭੂਮਿਕਾ ਨਿਭਾ ਰਿਹਾ, ਅੱਜ ਨੈਸ਼ਨਲ ਚੈਨਲ ਜਿਹੜੇ ਆ ਉਹ ਇੱਕ ਪਾਸੜ ਗੱਲ ਕਰਦੇ ਆ, ਤੇ ਵਿਰੋਧੀ ਧਿਰ ਦਰਜਨ ਤੋਂ ਵੱਧ ਪੱਤਰਕਾਰਾਂ ਦੇ ਨਾਂ ਸਾਹਮਣੇ ਲਿਆਉਂਦਾ ਜੀ ਇਹ ਪੱਤਰਕਾਰਾਂ ਦਾ ਬਾਈਕਾਟ ਕੀਤਾ ਜਾਵੇ, ਬਹੁਤ ਹੀ ਮਤਲਬ ਨਾਮੀ ਪੱਤਰਕਾਰ ਨੇ ਤੁਸੀਂ ਸਾਰੇ ਜਾਣਦੇ ਹੋ। ਇਹ ਜਿਹੜਾ ਇੱਕ ਪਾਸੜ ਹੋ ਕੇ ਕਿਸੇ ਮੀਡੀਆ ਨੂੰ ਗੱਲ ਕਰਦਿਆਂ ਜਦੋਂ ਆਪਾਂ ਸੁਣਦੇ ਹਾਂ ਤਾਂ ਦਿਲ ਬੜਾ ਦੁਖਦਾ। ਗੱਲ ਕਹਿਣੀ ਜਿਹੜੀ ਆ ਮੀਡੀਆ ਦਾ, ਸੱਚਾਈ ਸਾਹਮਣੇ, ਸਮੱਸਿਆਵਾਂ ਮੀਡੀਆ ਨੇ ਲਿਆਉਣੀਆਂ ਹੁੰਦੀਆਂ ਕਿ ਬੇਰੁਜ਼ਗਾਰੀ ਕਿੰਨੀ ਆ ਸਾਡੇ ਦੇਸ਼, ਸੜਕਾਂ ਦਾ ਕੀ ਹਾਲ ਹੈ, ਲੋਕਾਂ ਨੂੰ ਕੀ ਮਿਲ ਰਿਹਾ। ਹੁਣ ਸਾਡੀ ਸੈਂਟਰ ਗੌਰਮੈਂਟ ਕਹਿ ਰਹੀ ਹੈ ਕਿ 80 ਕਰੋੜ ਤੋਂ ਵੱਧ ਲੋਕਾਂ ਨੂੰ ਅਸੀਂ ਅਨਾਜ ਜਿਹੜਾ ਉਹ ਫ੍ਰੀ 'ਚ ਦਿੱਤਾ ਜਾ ਰਿਹਾ। ਇਹਦੇ ਲਈ ਕੁਝ ਮੀਡੀਆ ਚੈਨਲ ਜਿਹੜੇ ਆ ਸਰਕਾਰ ਦੀ ਤਾਰੀਫ ਕਰਦੇ ਆ, ਤੇ ਬਹੁਤ ਘੱਟ ਪਰਸੈਂਟ ਮੀਡੀਆ ਪਰਸਨ ਨੇ ਜਿਹੜੇ ਇਹ ਕਹਿੰਦੇ ਆ ਕਿ ਦੇਸ਼ ਨੇ ਫਿਰ ਕਿੰਨੀ ਕੁ ਤਰੱਕੀ ਕੀਤੀ ਆ ਜੇ ਅਸੀਂ 80 ਤੋਂ 90 ਕਰੋੜ ਦੇ ਲੋਕਾਂ ਨੂੰ ਦੇਸ਼ ਵਿੱਚ ਹਾਲੇ ਖਾਣਾ ਹੀ ਦੇ ਰਹੇ ਹਾਂ ਤੇ ਆਸ ਕੀ ਕੀਤੀ ਜਾ ਸਕਦੀ ਹੈ। ਵਾਲੀਆ ਜੀ, ਆਪਣਾ ਆਪਣਾ ਨਜ਼ਰੀਆ ਹੈ ਦੇਖਣ ਦਾ ਹਰੇਕ ਗੱਲ ਨੂੰ, ਪਰ ਜੇ ਲੋਕ ਜਾਂ ਜਿਹੜੇ ਲੋਕਾਂ ਨੂੰ ਅਸੀਂ ਗੱਲ ਦੱਸਣੀ ਹੈ, ਜੇ ਸਹੀ ਤਰੀਕੇ ਨਾਲ ਮੀਡੀਆ ਆਪਦੀ ਭੂਮਿਕਾ ਨਹੀਂ ਅਦਾ ਕਰੂਗਾ ਤੇ ਸਾਡੇ ਦੇਸ਼ ਦੇ ਲੋਕ ਗਮਰਾਹ ਹੁੰਦੇ ਰਹਿਣਗੇ ਔਰ ਗਮਰਾਹ ਹੋ ਰਹੇ। ਔਰ ਕੁਛ ਪਾਰਟੀਆਂ ਦੀ ਮੈਂ ਗੱਲ ਕਰਦਾ, ਜਦੋਂ ਕਿਤੇ ਵਿਚਰਦੇ ਆ ਆਪਦਾ ਮੀਡੀਆ ਨਾਲ ਹੀ ਲੈ ਕੇ ਆਉਂਦੇ ਆ, ਜਿਹੜੇ ਸਥਾਨਕ ਪੱਤਰਕਾਰ ਨੇ ਉਹਨਾਂ ਨੂੰ ਉੱਥੇ ਇੰਟਰਵਿਊ ਨਹੀਂ ਕਰਨ ਦਿੱਤਾ ਜਾਂਦਾ, ਕਿਉਂਕਿ ਸਥਾਨਕ ਪੱਤਰਕਾਰ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਸਚਾਈ ਲਿਖਣ ਲਈ ਕਹਿਣਾ ਹੁੰਦਾ, ਔਰ ਆਪਦਾ ਮੀਡੀਆ ਜਦੋਂ ਨਾਲ ਲੈ ਕੇ ਆਉਂਦੇ ਜਿਹੜੀ ਗੱਲ ਕਰਨੀ ਹੁੰਦੀ ਆ ਉਹੀ ਉਹਨਾਂ ਨੇ ਦੱਸਣੀ ਹੁੰਦੀ ਹੈ ਕਿ ਉਹੀ ਪ੍ਰਿੰਟ ਮੀਡੀਆ ਚਾਹੁੰਦੀ ਹੈ ਉਹੀ ਇਲੈਕਟ੍ਰੋਨਿਕ। ਬਿਲਕੁਲ, ਤੁਸੀਂ ਜਿਹੜੀ ਅੱਜ ਕੱਲ ਮੈਨੇਜਡ ਇੰਟਰਵਿਊਜ਼ ਹੁੰਦੀਆਂ ਨੇ, ਜਿਹੜੇ ਲੋਕ ਕਹਿੰਦੇ ਨੇ ਕਿ ਮੋਦੀ ਸਾਹਿਬ ਨੇ, ਖੜਿਆਲ ਸਾਹਿਬ ਕਹਿ ਰਹੇ ਸੀ ਨਾ, ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਪਰ ਪਿਛਲੇ ਦਿਨੀ 78 ਮਿੰਟ ਦੀ ਇੰਟਰਵਿਊ ਦਿੱਤੀ ਹੈ ANI ਦੀ ਜਿਹੜੀ ਐਡੀਟਰ ਹੈ ਸਵਿਤਾ ਪ੍ਰਕਾਸ਼ ਨੂੰ। ਪਰ ਇਹ ਗੱਲ ਜ਼ਰੂਰ ਹੈ
ਕਿ ਸਵਾਲ ਉਹੀ ਕੀਤੇ ਨੇ, ਕਾਊਂਟਰ ਕੁਐਸਚਨ ਨਹੀਂ ਕੀਤੇ, ਯਾਨੀ ਜਿਹੜੇ ਸਪਲੀਮੈਂਟਰੀ ਕੁਐਸਚਨ ਜਾਂ ਕ੍ਰੋਸ ਕੁਐਸਚਨ ਨਹੀਂ ਉਹਦੇ ਚ ਹੋਈ। ਖੜਿਆਲ ਸਾਹਿਬ ਇਹੀ ਹੈ ਕਿ ਤੁਸੀਂ ਸਵਾਲ ਲੈਣੇ ਨੇ, ਜਿਹੜੇ ਇੰਟਰਵਿਊ ਮੋਦੀ ਸਾਹਿਬ ਨੇ ਪਿਛਲੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਕੀਤੇ ਸੀਗੇ, ਜਿਹ ਚ ਬੜੇ ਅਹਿਮ ਸਵਾਲ ਹੋਏ, ਆਪ ਆਮ ਕੈਸੇ ਖਾਤੇ ਹੈ, ਆਪ ਚੂਸ ਕੇ ਖਾਤੇ ਆਮ ਜਾਂ ਛੀਲ ਕੇ ਖਾਤੇ ਹੈ, ਇਹ ਸਵਾਲ ਕਰਨੇ ਬਣਦੇ ਹੈ ਜਦੋਂ ਦੇਸ਼ ਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ, ਜਦੋਂ ਮਹਿੰਗਾਈ ਦਾ, ਗੁਰਬਤ ਦਾ, ਲੋਕਾਂ ਦੇ ਸਿਰ ਤੇ ਛੱਤ ਨੀ, ਖਾਣ ਨੂੰ ਖਾਣਾ ਨੀ, ਪੀਣ ਨੂੰ ਪਾਣੀ ਨੀ, ਪਾਉਣ ਨੂੰ ਕੱਪੜੇ ਨੀ, ਤੇ ਦੂਜੇ ਪਾਸੇ ਇਹ ਜੇ ਸਵਾਲ ਕਰਨੇ ਬਣਦੇ ਆ ਪ੍ਰਧਾਨ ਮੰਤਰੀ ਸਾਹਿਬ ਨੂੰ, ਲੋਕ ਤਾਂ ਭੁੱਖੇ ਮਰ ਰਹੇ ਹੈ ਤੇ ਤੁਸੀਂ ਪੁੱਛ ਰਹੇ ਅੰਬ ਕਿਵੇਂ ਖਾਈਦੇ ਆ। ਤੇ ਮੈਨੂੰ ਲੱਗਦਾ ਇੰਨੀ ਇੱਕ ਅਨਫੋਰਚੁਨੇਟ ਗੱਲ ਹੈ ਵਾਲੀਆ ਸਾਹਿਬ ਕਿ ਉਦੋਂ ਬਾਅਦ ਜਦੋਂ ਇੰਟਰਵਿਊ ਹੁੰਦੇ ਵੀ ਹੈ ਕੋਈ ਆਲੋਚਨਾ ਹੀ ਨਹੀਂ ਹੈ, ਮਤਲਬ ਕਿ ਪਾਰਟੀ ਕੁਛ ਗਲਤ ਕਰ ਹੀ ਨਹੀਂ ਸਕਦੀ, ਇਹਨਾਂ ਦੇ ਲੀਡਰ ਕੁਛ ਗਲਤ ਕਰ ਹੀ ਨਹੀਂ ਸਕਦੇ ਹੈ, ਇਹ ਤਾਂ ਪਰਫੈਕਟ ਨੇ। ਮੈਂ ਕਹਿੰਦਾ 10 ਸਾਲਾਂ ਦੇ ਵਿੱਚ ਏਡੇ ਕੁ ਵੱਡੇ ਵੱਡੇ ਇੰਨੇ ਕੁ ਵੱਡੇ ਇਸ਼ੂਜ਼ ਹੈ ਵਾਲੀਆ ਸਾਹਿਬ, ਉਹ ਜੇ ਉਜਾਗਰ ਹੁੰਦੇ, ਮੀਡੀਆ ਦਿਖਾਉਂਦਾ ਉਹਨਾਂ ਨੂੰ, ਸਾਰਾ ਮੀਡੀਆ ਦਿਖਾਉਂਦਾ, ਕੁਛ ਤਾਂ ਹੈਗੇ ਚੰਗੇ ਚੈਨਲ ਜਿਹੜੇ ਕੌਨਸ਼ੀਅੰਸ ਨੂੰ ਜਵਾਬ ਦਿੰਦੇ ਹੈ, ਜਿਹੜੇ ਮੋਰਲਸ ਨੂੰ ਪ੍ਰਿੰਸੀਪਲਸ ਨੂੰ ਅੱਗੇ ਰੱਖਦੇ ਹੈ, ਲੇਕਿਨ ਸਾਰੇ ਮੀਡੀਆ ਚੈਨਲ ਉਹ ਚੀਜ਼ ਨਹੀਂ ਕਰ ਪਾ ਰਹੇ। ਕਿਸੇ ਦੀ ਕੋਈ ਮਜਬੂਰੀ ਹੈ, ਕਿਸੇ ਦਾ ਕੋਈ ਕਾਰਨ ਹੈ, ਕੁਛ ਹੈ, ਗੱਲ ਇਹ ਹੈ ਕਿ ਸਾਡਾ ਲੋਕਤੰਤਰ ਬਚਿਆ ਰਹਿਣਾ ਚਾਹੀਦਾ ਹੈ, ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਉਹ ਪੋਸੀਬਲ ਨਹੀਂ ਹੈ ਮੀਡੀਆ ਦਾ ਇੱਕ ਐਕਟਿਵ ਰੋਲ ਹੋਏ ਬਗੈਰ। ਤੇ ਦੂਜੀ ਗੱਲ, ਇੱਕ ਨਾ ਸਰਵੇ ਹੋਇਆ ਲੋਕਨੀਤੀ CSDS ਸਰਵੇ, ਉਹ ਚ ਵਾਲੀਆ ਸਾਹਿਬ ਦੱਸਿਆ ਗਿਆ ਕਿ 82% ਜਿਹੜੇ ਜਰਨਲਿਸਟ ਨੇ ਉਹ ਕਹਿੰਦੇ ਹੈ ਕਿ ਮੀਡੀਆ ਬੀਜੇਪੀ ਨੂੰ ਫੇਵਰ ਕਰਦੀ ਹੈ, 82% ਜਰਨਲਿਸਟ। ਫਿਰ 61% ਜਰਨਲਿਸਟ ਨੇ ਉਹ ਸਰਵੇ ਦੇ ਵਿੱਚ ਕਿਹਾ ਕਿ ਆਪੋਜੀਸ਼ਨ ਦੇ ਨਾਲ ਮੀਡੀਆ ਅਨਫੇਵਰੇਬਲ ਹੈ, ਉਹਨਾਂ ਦੇ ਥੋੜਾ ਉਲਟ ਚੱਲਦਾ ਹੈ, ਇਹ 62% ਜਰਨਲਿਸਟ ਕਹਿ ਰਹੇ ਹੈ। ਫਿਰ ਤੀਜਾ, 4 ਚੋਂ 3 ਜਰਨਲਿਸਟ ਵਾਲੀਆ ਸਾਹਿਬ, 4 ਚੋਂ 3 ਕਹਿੰਦੇ ਹੈ ਕਿ ਮੀਡੀਆ ਫ੍ਰੀ ਨਹੀਂ ਰਿਹਾ, ਫ੍ਰੀ ਹੈ ਹੀ ਨਹੀਂ ਹੁਣ, ਇੰਡੀਪੈਂਡੈਂਟ ਹੈ ਹੀ ਨਹੀਂ। ਤੇ 55% ਜਰਨਲਿਸਟ ਨੇ ਇਹ ਚੀਜ਼ ਅਖਬਾਰਾਂ ਬਾਰੇ ਵੀ ਕਹੀ ਹੈ, ਨਿਊਜ਼ ਪੇਪਰ ਬਾਰੇ ਵੀ ਕਹੀ ਹੈ। ਫਿਰ ਤੁਸੀਂ ਇਹ ਦੇਖੋ, ਸਾਡੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ, ਚਾਹੇ ਪੰਜਾਬ 'ਚ ਲਾ ਲਓ, ਚਾਹੇ ਦੇਸ਼ 'ਚ ਲਾ ਲਓ, ਦੂਜੇ ਪਾਸੇ ਬੀਜੇਪੀ ਦੀ ਲਾ ਲਓ ਦੇਸ਼ 'ਚ ਤੇ ਆਮ ਆਦਮੀ ਪਾਰਟੀ ਦੀ ਪੰਜਾਬ 'ਚ, ਉਹਨਾਂ ਨੂੰ ਕਵਰੇਜ ਜ਼ਿਆਦਾ ਮਿਲਦੀ ਹੈ ਪ੍ਰੈਸ ਕਾਨਫਰੰਸ। ਜੇ 10 ਮਿੰਟ ਦੀ PC ਹੈ, ਫਰਜ਼ ਕਰੋ ਉਹਨਾਂ ਦੀ, ਹੋ ਸਕਦਾ 8 ਮਿੰਟ ਚੱਲੇ, 10 ਮਿੰਟ ਚੱਲੇ, ਤੇ ਸਾਡੀ 1.5 ਮਿੰਟ ਚੱਲੇ, ਜਾਂ ਚੱਲੇ ਹੀ ਨਾ, ਤੇ ਦੇਸ਼ 'ਚ ਵੀ ਤੇ ਪੰਜਾਬ 'ਚ ਵੀ। ਤੇ ਦੂਜਾ ਤੁਸੀਂ ਦੇਖੋ ਕਿ ਜਿਹੜੇ ਸਾਨੂੰ ਸਵਾਲ ਹੋਣਗੇ, ਅਸੀਂ ਤਾਂ ਵੈਲਕਮ ਕਰਦੇ ਹਾਂ, ਮੇਰੀ ਆਪਦੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ, ਮੈਂ ਜਿੰਨੇ ਸਵਾਲ ਹੁੰਦੇ ਆ ਹਰੇਕ ਨੂੰ ਵੈਲਕਮ ਕਰਦਾ, ਹਰੇਕ ਦਾ ਜਵਾਬ ਦਿੰਦਾ। ਤੇ ਹੁਣ ਤੁਹਾਨੂੰ ਮਾਨ ਸਾਹਿਬ ਦੀ ਗੱਲ ਦੱਸਦੇ ਆ, ਮਾਨ ਸਾਹਿਬ ਕੀ ਕਰਦੇ ਆ, ਇੱਕ ਮਾਈਕ ਪਿਆ ਹੁੰਦਾ ਉਹਨਾਂ ਦੇ ਮੂਹਰੇ, ਉਹ ਕਿਉਂ ਨੀ ਜੀ ਸਾਰੇ ਮੀਡੀਆ ਨੂੰ ਬੁਲਾਉਂਦੇ ਪੰਜਾਬ ਦੇ ਨੂੰ ਤੇ ਕਰਦੇ ਪ੍ਰੈਸ ਕਾਨਫਰੰਸ, ਕਿਉਂ ਨੀ ਜਰਨਲਿਸਟ ਦੇ ਮੀਡੀਆ ਦੇ ਲੋਕਾਂ ਦੇ ਸਵਾਲ ਲੈ ਕੇ ਉਹ ਰਾਜ਼ੀ, ਇੱਕ ਮਾਈਕ ਕਿਉਂ ਰੱਖਦੇ ਹੋ? ਤੇ ਉੱਥੇ ਦਿੱਲੀ ਦੇ ਵਿੱਚ ਵੀ ਇਹੀ ਸਿਸਟਮ ਹੈ, ਦਿੱਲੀ ਚ ਵੀ ਜਾਂ ਤਾਂ ਇੱਕ ਮਾਈਕ ਹੋਊਗਾ ਜਾਂ ਪ੍ਰੈਸ ਕਾਨਫਰੰਸ ਹੀ ਨਹੀਂ ਹੋਊਗੀ, ਇੰਨਾ ਡਰ ਲੱਗਦਾ ਸਵਾਲਾਂ ਤੋਂ ਇਹਨਾਂ ਨੂੰ। ਫਿਰ ਦੂਜੀ ਗੱਲ, ਸਿਰਫ ਇੱਕ ਇੰਸਟੀਟਿਊਸ਼ਨ ਨਹੀਂ ਹੈ ਮੀਡੀਆ ਦਾ, ਜੁਡੀਸ਼ਰੀ ਦਾ, ਵਾਲੀਆ ਸਾਹਿਬ ਥੋੜੇ ਟਾਈਮ ਪਹਿਲਾਂ 21 ਜੱਜਸ ਨੇ ਫਾਰਮਰ, ਕੁਝ 4 ਸੁਪਰੀਮ ਕੋਰਟ ਜੱਜਸ ਤੇ 17 ਫਾਰਮਰ ਹਾਈ ਕੋਰਟ ਜੱਜਸ, ਉਹਨਾਂ ਨੇ CJ ਸਾਹਿਬ ਨੂੰ ਲਿਖਿਆ, ਪ੍ਰੈਸ਼ਰ ਮਾਊਂਟ ਹੋ ਰਿਹਾ ਜੁਡੀਸ਼ਰੀ ਤੇ। ਉਦੋਂ ਪਹਿਲਾਂ 600 ਵਕੀਲਾਂ ਨੇ ਲਿਖਿਆ ਸੀਗਾ, ਉਦੋਂ ਪਹਿਲਾਂ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਤੇ ਹੁਣ ਜੀਰਾ ਦਾ ਆਊਟਲੈਟ, ਤੁਹਾਨੂੰ ਯਾਦ ਹੋਊਗਾ ਇੱਕ ਲਾਸਟ ਚੀਜ਼ ਹੈ ਕਿ ਆਪਣਾ ਦੇਖੋ ਜਿਹੜੇ ਵਧੀਆ ਵਧੀਆ ਜਰਨਲਿਸਟ ਸੀ ਨਾ, ਜਿਹੜੇ ਹੀਰੇ ਸੀਗੇ ਸਾਡੇ ਮੀਡੀਆ ਪ੍ਰੋਫੈਸ਼ਨ ਦੇ, ਰਵੀਸ਼ ਕੁਮਾਰ ਵਰਗੇ, ਕਿਉਂ ਉਹਨਾਂ ਨੂੰ ਛੱਡ ਕੇ ਜਾਣਾ ਪੈ ਗਿਆ? ਕਿਉਂ ਰਵੀਸ਼ ਕੁਮਾਰ ਵਰਗੇ ਹੀਰੇ? ਸਵਾਲ ਥੋੜਾ ਪੱਕਾ ਆ ਗਿਆ ਖੜਿਆਲ ਸਾਹਿਬ, ਮੇਰੇ ਕੋਲ ਟਾਈਮ ਬੜਾ ਸੀਮਿਤ ਹੁੰਦਾ ਹੈ, ਤੁਹਾਨੂੰ ਜਿਹੜਾ ਟਾਈਮ ਦਿੱਤਾ ਗਿਆ ਉਹ ਚੋਂ ਜ਼ਿਆਦਾ ਲੈ ਗਏ ਤੁਸੀਂ। ਬਲੀਆਵਾਲ ਸਾਹਿਬ ਦੀ ਗੱਲ ਸੁਣੀ, ਮੈਂ ਆਪਦੀ ਵੀ ਕੋਈ ਟਿੱਪਣੀ ਨਹੀਂ ਕਰ ਰਿਹਾ। ਬਲੀਆਵਾਲ ਸਾਹਿਬ ਦੇਖੋ, ਗੱਲ ਉਹੀ ਆ ਜਾਂਦੀ ਹੈ, ਮੈਂ ਤੁਹਾਨੂੰ ਫਿਰ ਪਹਿਲਾਂ ਉਹੀ ਗੱਲ ਆਖੀ ਕਿ ਜਿਹੜਾ ਸਮਾਂ ਪੁਰਾਣਾ ਸੀਗਾ
ਤੁਸੀਂ ਵਾਲੀਆ ਸਾਹਿਬ ਪੁਰਾਣਾ ਸਮਾਂ ਦੇਖਿਆ, ਤੁਸੀਂ ਜਰਨਲਿਸਟ ਬਹੁਤ ਪੁਰਾਣੇ ਹੋ, ਜਦੋਂ ਅਖਬਾਰ ਦੇ ਵਿੱਚ ਖਬਰ ਲਵਾਉਣ ਦੇ ਲਈ ਵੀ ਲੋਕਾਂ ਨੂੰ ਦੂਰ ਦੂਰ ਤੱਕ ਜਾਣਾ ਪੈਂਦਾ ਸੀ, ਭੱਜਣਾ ਪੈਂਦਾ ਸੀ, ਤੇ ਅੱਜ ਉਹ ਈਜ਼ਲੀ ਅਵੇਲੇਬਲ ਹੋ ਗਈਆਂ। ਠੀਕ ਹੈ, ਨੋ ਡਾਊਟ ਕਈਆਂ ਨੂੰ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਮਾਂ ਸਵਾਦੀ, ਜਿਹਨਾਂ ਨੂੰ ਨਰਿੰਦਰ ਮੋਦੀ ਚੰਗਾ ਲੱਗਦਾ ਉਹਨੂੰ ਸਾਰੀਆਂ ਗੱਲਾਂ ਚੰਗਾ ਲੱਗਣਗੀਆਂ। ਤੁਸੀਂ ਉਹ ਗੱਲ ਨੀ ਕਰਦੇ ਕਿ ਪ੍ਰੈਸ ਕਾਨਫਰੰਸ ਜਾਂ ਰੈਲੀਆਂ ਦੇ ਵਿੱਚੋਂ ਆਲੂਆਂ 'ਚ ਸੋਨਾ ਕੱਢਣ ਦੀ ਵੀ ਗੱਲ ਹੁੰਦੀ ਹੈ, ਫਿਰ ਉਹਨੇ ਟ੍ਰੋਲ ਹੁੰਦੇ ਨੇ। ਉਹ ਗੱਲਾਂ ਮੈਂ ਨਾ ਕਰਦਾ ਹੋਇਆ ਮੈਂ ਇੱਕ ਗੱਲ ਕਹਿ ਰਿਹਾ ਕਿ ਮੀਡੀਆ ਇੱਕ ਬਹੁਤ ਹੀ ਸਸ਼ਕਤੀਕਰਨ ਹੈਗਾ। ਉੱਥੇ ਜੇ ਤੁਸੀਂ ਪਾਰਟੀਆਂ ਦੇ ਚੈਨਲਸ ਦੀ ਗੱਲ ਕੀਤੀ, ਇੱਥੇ ਤਿੰਨੋਂ ਪਾਰਟੀਆਂ ਬੈਠੀਆਂ, ਤਿੰਨਾਂ ਦੇ ਆਪਦੇ ਚੈਨਲ ਸੀ। ਕਾਂਗਰਸ ਪਾਰਟੀ ਕੋਲ ਕਿਹੜੇ ਚੈਨਲਸ ਹੈਗੇ, ਇਹਨਾਂ ਦੇ ਮੁੱਖ ਮੰਤਰੀ ਕਿਹੜਾ ਕੀ ਕੁਛ ਕਰਦੇ ਨੇ, ਤੇ ਮੈਂ ਫਿਰ ਉਹ ਗਰੀਬੀ ਦੀ ਗੱਲ ਹੋਣੀ ਚਾਹੀਦੀ, ਮਹਿੰਗਾਈ ਦੀ ਗੱਲ ਹੋਣੀ ਚਾਹੀਦੀ, ਨਲ ਆਇਆ, ਛੱਤ ਆਈ, ਗਰੀਬ ਹੋਏ, 80 ਕਰੋੜ ਕਿਉਂ ਨੇ, ਉਹ 60 ਸਾਲਾਂ ਦੇ ਇਲਾਜ ਦੀ ਵੀ ਗੱਲ ਹੋਣੀ ਚਾਹੀਦੀ, 60 ਸਾਲਾਂ ਦੇ ਵਿੱਚ ਪਿੱਛੇ 'ਚ ਕਿਉਂ ਹੋਇਆ। ਨਰਿੰਦਰ ਮੋਦੀ ਤਾਂ ਇਹ 10 ਸਾਲ ਤੋਂ ਆਉਣਾ, 10 ਸਾਲ ਦੇ ਵਿੱਚ ਉਹਨੇ ਕੀ ਕੀਤਾ, ਉਹ ਲੋਕਾਂ ਦੇ ਅੱਗੇ ਰੱਖ ਰਿਹਾ, ਉਹ 3-5 ਟ੍ਰਿਲੀਅਨ ਤੱਕ ਪਹੁੰਚੇ ਕਿ ਨਹੀਂ ਪਹੁੰਚੇ, ਉਹ ਹੈਗੀ ਹੈ, ਸੱਚਾਈ ਹੈ। ਆਪਾਂ 11ਵੇਂ ਨੰਬਰ ਤੋਂ ਅੱਗੇ ਵਧੇ ਕਿ ਨਹੀਂ ਵਧੇ ਇਕਾਨਮੀ ਦੇ ਵਿੱਚ, ਉਹਦੀ ਗੱਲ ਹੋਣੀ ਚਾਹੀਦੀ ਹੈ। ਉਸ ਤੋਂ ਭੱਜਦੇ ਆ, ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਫਿਰ ਤੁਸੀਂ ਕਹਿੰਦੇ ਹੋ 22 ਹੁੰਦੇ ਨੇ, ਕੀ ਸਾਰੇ ਚੈਨਲ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਬੁਲਾਉਂਦੇ ਆ ਕਿ ਨਹੀਂ ਬੁਲਾਉਂਦੇ, ਬਾਕੀ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾਉਂਦੇ ਆ ਕਿ ਨਹੀਂ ਬੁਲਾਉਂਦੇ, ਉੱਥੇ ਉਹਨਾਂ ਦੇ ਜਵਾਬਾਂ ਤੋਂ ਭੱਜਦੇ ਆ ਕਿ ਨਹੀਂ ਭੱਜਦੇ। ਇੱਕ ਭਾਈ ਸਾਹਿਬ ਨੇ ਕਿਹਾ ਕਿ ਐਂਕਰਸ ਦਾ ਬਾਈਕਆਟ ਕਰਤਾ, ਇੱਕ ਪਾਰਟੀ ਕਰਦੀ ਆ, ਦੂਜੀ ਪਾਰਟੀ ਜਿਹੜੀ ਉਹਨਾਂ ਨਾਲ ਰਲੀ ਹੁੰਦੀ ਆ ਉਹੀ ਆਪਦੇ ਬੰਦੇ ਭੇਜ ਦਿੰਦੀ ਆ। ਕਰੋ ਤੁਸੀਂ ਬਾਈਕਆਟ ਕਰੋ, ਬਾਈਕਆਟ ਕਰਨ ਦੇ ਨਾਲ ਤੁਹਾਡਾ ਸੰਵਾਦ ਬੰਦ ਤੁਹਾਡਾ ਹੋਣਾ, ਤੁਸੀਂ ਸੰਵਾਦ ਕਰੋ ਅੱਗੇ ਜਾ ਕੇ ਕਰੋ, ਅਸੀਂ ਗੱਲ ਤਾਂ ਸਾਨੂੰ ਦੱਸੋ, ਤੁਸੀਂ ਗੱਲ ਤਾਂ ਤੁਹਾਨੂੰ ਅਸੀਂ ਸ਼ਰੇਆਮ ਦੱਸਦੇ ਹਾਂ ਕਿ ਇੱਥੇ ਤੁਹਾਡੀਆਂ ਗਲਤੀਆਂ ਨੇ, ਗਲਤ ਨੀਤੀਆਂ ਨੇ। ਪਰ ਫਿਰ ਵੀ ਰੋਲ ਆਫ ਦਾ ਮੀਡੀਆ ਇਜ਼ ਕਿ ਚਾਹੇ ਉਹ ਇੱਥੇ ਵਾਲੀ ਗੱਲ ਹੋਵੇ, ਪ੍ਰੈਸ ਕਾਨਫਰੰਸ ਦੀ ਗੱਲ ਹੋਵੇ, ਹਰੇਕ ਜਗ੍ਹਾ ਪੈਸੇ ਦਾ ਰੋਲ, ਤੰਤਰ, ਬਾਕੀ ਚੀਜ਼ਾਂ, ਔਰ ਮੀਡੀਆ ਹਾਊਸਿਸ ਹੀ ਕਹਿੰਦੇ ਨੇ ਇਹ ਇੰਨੇ ਦਾ ਸਾਡਾ ਪੈਕੇਜ ਹੈ, ਅਖਬਾਰਾਂ ਦੇ ਵਿੱਚ ਇਹ ਪੈਕੇਜ ਸ਼ੁਰੂ ਹੋ ਜਾਣੇ ਨੇ ਆਉਣ ਵਾਲੇ ਦਿਨਾਂ ਦੇ। ਮੈਂ ਫਿਰ ਉਹ ਗੱਲ ਕਹਿ ਰਿਹਾ ਕਿ ਮੈਂ ਸੱਚੀਆਂ ਗੱਲਾਂ ਬੋਲ ਜਾਂਦਾ, ਉਹ ਕੌੜੀਆਂ ਵੀ ਹੁੰਦੀਆਂ ਨੇ, ਪਰ ਹੁਣ ਚੜ੍ਹਦੀ ਕਲਾ ਦੀ ਗੱਲ ਕਰ ਲਈਏ, ਚੜ੍ਹਦੀ ਕਲਾ ਨੂੰ ਇੱਕ ਪਾਰਟੀ ਦੇ ਕੋਲ ਫਾਸਟ ਕੇਬਲਸ ਹੈਗੀਆਂ ਨੇ, ਉਹਨਾਂ ਨੇ ਬੈਨ ਕੀਤਾ ਹੋਇਆ, ਸੱਚ ਹੈ, ਉਹਨਾਂ ਨੇ ਆਪ ਵੀ ਦੰਡਾ ਦੰਦਰ ਚਲਾਇਆ ਹੋਇਆ। ਹੁਣ ਉਸ ਚੀਜ਼ ਨੂੰ ਆਪਾਂ ਕਿਵੇਂ ਅੱਗੇ ਵਧਾਉਂਦੇ ਜਾਵਾਂਗੇ, ਕਰਦੇ ਜਾਵਾਂਗੇ, ਉਹ ਗੱਲਾਂ ਲੋਕਾਂ ਤੱਕ ਕਿਵੇਂ ਪਹੁੰਚਣਗੀਆਂ, ਲੋਕਾਂ ਨੇ ਉਹਨੂੰ ਸੁਣਨਾ। ਜੇ ਵਾਲੀਆ ਜੀ ਆਪਦਾ ਸ਼ੋ ਕਰ ਰਿਹਾ, ਫੋਰਨ ਚ ਕਰ ਰਿਹਾ, ਇੰਡੀਆ ਚ ਕਰ ਰਿਹਾ, ਤਾਂ ਉਹਨਾਂ ਨੇ ਉਸ ਟਾਈਮ ਤੇ ਵਾਲੀਆ ਜੀ ਨੂੰ ਹੀ ਸੁਣਨਾ, ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਲੱਗਣੀਆਂ। ਜੇ ਹੋਰ ਕੋਈ ਐਂਕਰ ਦੀ ਗੱਲ ਉਹਨਾਂ ਨੂੰ ਉਦੋਂ ਬਾਅਦ ਦੇ ਟਾਈਮ ਚ ਲੱਗਣੀ ਹੈ, ਤਾਂ ਉਹਨਾਂ ਨੇ ਟੀਵੀ ਬਦਲ ਕੇ ਉਹਦਾ ਲਾ ਲੈਣਾ। ਸੋ ਇਹ ਇੱਕ ਰਾਈਟ ਹੈ ਲੋਕਾਂ ਕੋਲ ਕਿ ਉਹਨਾਂ ਨੇ ਕਿਹਨੂੰ ਸੁਣਨਾ, ਕੀ ਸੁਣਨਾ, ਕਿਵੇਂ ਸੁਣਨਾ, ਉਹਨਾਂ ਦਾ ਮਰਜ਼ੀ ਹੈ। ਇਹ ਪੂਰੇ ਦੁਨੀਆਂ ਦੇ ਵਿੱਚ ਅਧਿਕਾਰ ਹੈਗਾ, ਜ਼ਰੂਰੀ ਥੋੜਾ ਕਿ ਇੱਕ ਪਾਰਟੀ ਨੂੰ ਦਿਖਾਈ ਦੇਈਏ, ਕਾਂਗਰਸ ਪਾਰਟੀ ਨੂੰ ਦਿਖਾਈਏ, ਐਕਸ ਵਾਈ ਜੈਡ ਨੂੰ ਦਿਖਾਇਆ, ਤੇ ਉਹ ਬਾਇਸਡ ਹੋ ਗਏ। ਇਹ ਚੀਜ਼ ਦੇ ਵਿੱਚ ਇਹ ਪਾਰਟੀਆਂ ਵੀ ਭਜਦੀਆਂ ਨੇ ਕਿ ਸਾਡੇ ਕੋਲ ਸਵਾਲ ਜ਼ਿਆਦਾ ਨਾ ਹੋ ਜਾਣ, ਅਸੀਂ ਜਵਾਬ ਨਹੀਂ ਦੇ ਸਕਦੇ, ਉਹ 60 ਸਾਲਾਂ ਦੇ ਕੱਚੇ ਚਿੱਠੇ ਨਾਲ ਉੱਥੇ ਜਵਾਬ ਮੰਗੇ ਜਾਣਗੇ, ਉਹ ਤੋਂ ਫਿਰ ਭਜਦੀਆਂ ਨੇ ਤੇ ਫਿਰ ਉਹਦੇ ਤੇ ਦੋਸ਼, ਫਿਰ ਉਹ ਬਲੀਆਂਵਾਲ ਸਾਹਿਬ ਤੁਸੀਂ ਇੱਕ ਗੱਲ ਪਰ ਧਿਆਨ ਦਵਾਇਆ ਜਿਹੜੀ ਅੱਜ ਦੇ ਪ੍ਰੋਗਰਾਮ ਚ ਮਿਸ ਹੋ ਰਹੀ ਸੀ। ਪਿਆਰੇ ਦਰਸ਼ਕੋ, ਬਿਲਕੁਲ ਠੀਕ ਕਹਿ ਰਹੇ ਨੇ ਪ੍ਰਿਤਪਾਲ ਸਿੰਘ ਬਲੀਆਂਵਾਲ, ਆਉਣ ਵਾਲੇ ਟਾਈਮ ਚ ਤੁਸੀਂ ਦੇਖੋਗੇ ਤੁਹਾਨੂੰ ਖਬਰਾਂ ਲੱਭਣੀਆਂ ਪਿਆ ਕਰਨਗੇ, ਖਬਰ ਕਿਹੜੀ ਹੈ, ਸਪੌਂਸਰ ਨਿਊਜ਼, ਫੇਕ ਨਿਊਜ਼ ਕਿਹੜੀ ਹੈ। ਜਿਹੜੀ ਸਪੌਂਸਰ ਨਿਊਜ਼ ਹੋਊਗੀ, ਹੁਣ ਲੋਕਾਂ ਨੇ ਖਰੀਦ ਲੈਣੇ ਨੇ, ਪੰਨੇ ਦੇ ਪੰਨੇ ਖਰੀਦਣੇ ਨੇ, ਖਬਰਾਂ ਇਸ ਤਰ੍ਹਾਂ ਲੱਗਣਗੀਆਂ ਕਿ ਉਹ ਖਬਰ ਹੈ ਹੋਊਗਾ ਇਸ਼ਤਿਹਾਰ, ਜਿਹੜਾ ਵਿਗਿਆਪਨ ਨੂੰ ਖਬਰ ਦੇ ਰੂਪ ਚ ਚਾਹੂਗਾ ਵੀ ਆਹ ਬੰਦਾ ਅੱਗੇ ਜਾ ਰਿਹਾ, ਆਹ ਪਿੱਛੇ ਜਾ ਰਿਹਾ, ਇਹੋ ਜਿਹਾ ਕੁਛ ਵੀ ਚੱਲਦਾ। ਆਮ ਲੋਕ ਬਹੁਤ ਕਨਫਿਊਜ਼ ਹੁੰਦੇ ਨੇ, ਇਸ ਕਿਸਮ ਦੀ ਗੱਲ ਵੀ ਹੁੰਦੀ ਹੈ ਜਿਹਦੇ ਬਾਰੇ ਇਸ਼ਾਰਾ ਕਰ ਰਹੇ ਸੀ ਸੈਂਪਲਾ ਸਾਹਿਬ, ਰਵਿੰਦਰ ਸਿੰਘ ਸੈਂਪਲਾ।
ਬੀਜੇਪੀ ਨੂੰ ਸਿਰਫ ਔਰ ਸਿਰਫ ਇੱਕ ਲਾਈਨ ਹੈ, ਕੋਇਨਸੀਡੈਂਸ ਹੈ ਵੀ ਡੀਡੀ ਨਿਊਜ਼ ਨੇ, ਬਾਈ ਕੋ ਲਾਈਨ ਹੀ ਕਹਿਣੀ ਹੈ ਜੀ ਮੈਂ, ਕਿ ਇਹ ਕੋਇਨਸੀਡੈਂਸ ਹੈ, ਇਤਫਾਕ ਹੈ ਵੀ ਡੀਡੀ ਨਿਊਜ਼ ਨੇ ਥੋੜੇ ਟਾਈਮ ਪਹਿਲਾਂ ਲੋਕ ਸਭਾ ਇਲੈਕਸ਼ਨ ਤੋਂ ਆਪਦਾ ਰੰਗ ਬਦਲ ਲਿਆ ਲੋਗੋ ਦਾ, ਕੋਇਨਸੀਡੈਂਸ ਹੈ ਜੀ ਇਹ? ਹਾਂ ਨਹੀਂ, ਉਹ ਤਾਂ ਤੁਹਾਡੇ ਸਾਹਮਣੇ ਉਹ ਤਾਂ ਦੱਸਿਆ ਨਹੀਂ, ਮੈਂ ਤਾਂ ਨਹੀਂ ਨਹੀਂ ਰੰਗ ਨੂੰ ਛੱਡੋ, ਅਗਰ ਕਾਂਗਰਸ ਪਾਰਟੀ ਦੇ ਬੰਦਿਆਂ ਨੂੰ ਉਸ ਤੇ ਟਾਈਮ ਨਹੀਂ ਮਿਲੂਗਾ ਬੋਲਣ ਦਾ, ਅਗਰ ਫਿਰ ਤੁਸੀਂ ਸਵਾਲ ਕਰੋਗੇ ਫਿਰ ਮੇਰਾ ਜਵਾਬ ਹੋਊਗਾ। ਰੰਗ ਬਦਲਣਾ ਕੋਈ ਨਹੀਂ ਹੁੰਦਾ, ਚਰਿੱਤਰ ਬਦਲਣਾ ਹੁੰਦਾ। ਤੁਸੀਂ ਤਾਂ ਨਾਂ ਬਦਲਦੇ ਜੀ, ਰੇਲਵੇ ਸਟੇਸ਼ਨ ਦੇ, ਸ਼ਹਿਰਾਂ ਦੇ, ਕਾਹਦੇ ਨਾਂ ਨਹੀਂ ਬਦਲੇ ਤੁਸੀਂ? ਰੰਗ ਬਦਲਣਾ ਫਿਰ ਛੋਟੀ ਗੱਲ। ਹਾਂ ਬਦਲੇ ਨੇ, ਕਿਉਂਕਿ ਪੁਰਾਣੇ ਨਾਮ ਕਿਉਂ ਬਦਲਦੇ ਹੋ ਤੁਸੀਂ? ਲੋਕਾਂ ਦੇ, ਲੋਕਾਂ ਦਾ ਬਿਲਕੁਲ ਬਦਲੋ, ਬਿਲਕੁਲ ਤੁਸੀਂ ਲੋਕਾਂ ਦਾ ਫਿਰ ਬਦਲੋ, 5 ਸਾਲਾਂ ਦੇ ਵਿੱਚ ਦੱਸੋ ਨਾ, ਲੋਕਾਂ ਦੇ ਕਰੀਅਰ ਚੰਗੇ ਬਣਾਓ, ਆਪਦਾ ਕਰੀਅਰ ਬਣਾਓ। ਕਾਰਡ ਆਫ 60 ਇਅਰਸ, ਆਈ ਵਿਲ ਗਿਵ ਯੂ ਦਾ ਰਿਪੋਰਟ ਕਾਰਡ, ਮੈਂ ਦਿੰਦਾ ਹਾਂ ਰਿਪੋਰਟ ਕਾਰਡ। ਜਾਓ ਆਪਾਂ ਸੀਡੀਐਸ ਸਰਵੇ ਕਹਿ ਰਿਹਾ 82% ਜਰਨਲਿਸਟ ਨੇ ਕਿਹਾ ਸੀਗੇ ਉਹਨਾਂ ਦੇ ਆਪਾਂ ਨੂੰ ਫੇਵਰ ਕਰਦਾ ਹੈ, 82% ਮੀਡੀਆ ਨੇ ਕਿਹਾ ਜਰਨਲਿਸਟ ਤੁਹਾਨੂੰ ਕੀ ਮੀਡੀਆ ਫੇਵਰ ਕਰ ਰਹੀ ਹੈ, ਮੀਡੀਆ ਬਣਾ ਕੇ ਰੰਗਦੇ ਦਾ ਨਾਮ ਲਿਆ ਸੀ ਨਹੀਂ ਕਰੇ ਅਤਿਆਚਾਰ ਕੀਤਾ, ਤੁਸੀਂ ਰੰਗਦੇ ਦੇ ਨਾਮ ਦੇ ਨਾਲ ਖੜੇ ਹੋ ਦੱਸ ਦੋ ਕਿਹਾ ਵੀ ਮੀਡੀਆ ਫੇਵਰ ਕਰ ਰਿਹਾ ਬੀਜੇਪੀ ਨੂੰ, ਜਰਨਲਿਸਟ ਇਹ ਵੀ ਗੱਲ ਕੀ ਹੈ ਕਿ ਆਪੋਜੀਸ਼ਨ ਦੇ ਨਾਲ ਅਨਫੇਵਰੇਬਲ ਹੋ ਰਿਹਾ ਮੀਡੀਆ, ਜਰਨਲਿਸਟ ਉਹ ਹੀ ਕਹਿ ਰਿਹਾ ਕਿ ਜਿੱਥੇ ਜਰਨਲਿਸਟ ਕੀ ਗੱਲ ਲਾਉਂਦੇ ਹੋ ਨਾ ਤੁਸੀਂ ਪ੍ਰੈਸ ਕਾਨਫਰੰਸ ਕਰੀ ਕਰਦੇ ਹੋ, ਹੋਰ ਵੀ ਬਹੁਤ ਕੁਝ ਕਹਿੰਦੇ ਨੇ। ਮੈਂ ਕਹਿੰਦਾ ਕੱਢੋ ਨਾ ਉਹਦੇ ਚੋਂ, ਪਰ ਜਿਹੜੇ ਲੋਕਾਂ ਦੀ ਭਾਵਨਾ ਹੈ, ਲੋਕਾਂ ਦਾ ਸਬੂਤ ਹੈ, ਆਪਾਂ ਲੋਕਾਂ ਨੇ ਵੋਟਾਂ ਪਾ ਕੇ ਚੁਣੇ ਨੇ, ਉਹ ਲੋਕਾਂ ਦੀਆਂ ਵੋਟਾਂ ਆ ਗਈਆਂ ਹੋਈਆਂ, ਜਿੱਥੇ ਤੁਸੀਂ ਆਪਦਾ ਰਿਪੋਰਟ ਕਰਦੇ ਹੋ ਤੁਸੀਂ ਆਪ ਕਰਦੇ ਹੋ, ਤੁਸੀਂ ਪ੍ਰੈਸ ਕਾਨਫਰੰਸ ਕੀਤੀ ਅੱਜ ਤੱਕ? ਤੁਸੀਂ ਪ੍ਰੈਸ ਕਾਨਫਰੰਸ ਕੀਤੀ ਅੱਜ ਤੱਕ? ਚਲੋ ਪਾਪਾ ਕੇ ਖੜਿਆਲ ਸਾਹਿਬ, ਤੁਹਾਡੀ ਗੱਲ ਰਜਿਸਟਰ ਹੋ ਗਈ, ਖੜਿਆਲ ਸਾਹਿਬ ਰਜਿਸਟਰ ਹੋ ਗਈ ਤੁਹਾਡੀ ਗੱਲ। ਸੈਂਪਲਾ ਜੀ ਬਲੀਵਾਲ ਸਾਹਿਬ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਗੋਲ ਮੋਲ ਕਰ ਗਏ ਨੇ, ਇਸ ਗੱਲ ਚ ਕੋਈ ਦੋ ਰਾਏ ਨਹੀਂ ਵੀ ਦੇਸ਼ ਦੀ ਸੱਤਾ ਤੇ ਕਾਬਜ ਇਸ ਪਾਰਟੀ ਨੇ 37.36 ਵੋਟ ਪ੍ਰਤੀਸ਼ਤ ਜਿਹੜਾ ਹਾਸਲ ਕੀਤਾ ਸੀ ਸਿਰਫ ਤੇ ਸਿਰਫ ਮੀਡੀਆ ਦੇ ਦਮ ਤੇ। ਪਰ ਕੀ ਦੇਸ਼ ਦਾ ਮੀਡੀਆ ਜਦੋਂ ਦੇਸ਼ ਦੇ ਵਿੱਚ 3 ਕਾਲੇ ਕਾਨੂੰਨ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੀ, ਉਹ ਲਾਗੂ ਕਰ ਦਿੱਤੇ ਗਏ ਸੀਗੇ, ਉਹ ਦੇਸ਼ ਦੇ ਮੀਡੀਆ ਨੇ ਨਿਰਪੱਖ ਹੋ ਕੇ ਉਸ ਚੀਜ਼ ਦੀ ਪਹਿਲਕਦਮੀ ਕੀਤੀ ਸੀ, ਕੀ ਦੇਸ਼ ਦੇ ਮੀਡੀਆ ਨੇ ਕਦੇ ਇਸ ਗੱਲ ਨੂੰ ਦਿਖਾਉਣ ਦੀ ਜ਼ਰੂਰਤ ਕੀਤੀ ਆ ਵੀ ਜਦੋਂ ਇਹ ਸਰਵੇ ਹੁੰਦਾ ਹੈ ਵੀ ਭੁੱਖਮਰੀ ਦੇ ਵਿੱਚ 14 ਦੇਸ਼ ਜਿਨ੍ਹਾਂ ਦੇ ਵਿੱਚ ਦੱਖਣੀ ਅਫਰੀਕਾ ਤੋਂ ਬਾਅਦ ਭਾਰਤ ਮੋਹਰੀ ਦੇਸ਼ ਹੈ? ਨਹੀਂ ਸੀ, ਦਿਖਾਇਆ ਜਾਂਦਾ ਹੈ ਕਿ ਭਾਰਤ ਨੇ ਰਾਮ ਮੰਦਿਰ ਦਾ ਨਿਰਮਾਣ ਕਰਕੇ ਬਹੁਤ ਵੱਡਾ ਜਿਹੜਾ ਆ ਉਹ ਕਾਰਜ ਸਿਰੇ ਚਾੜਤਾ ਹੈ, ਔਰ ਫਿਰ ਗਲੋਰੀਫਾਈ ਕੀਤਾ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ। ਬਲੀਵਾਲ ਸਾਹਿਬ ਤੁਹਾਨੂੰ ਸਵਾਲ ਜ਼ਰੂਰ ਕਰਨਗੇ ਲੋਕ ਜਦੋਂ ਤੁਸੀਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਤੇ ਹੋਣ, ਔਰ ਤੁਸੀਂ ਇਸ ਤਰੀਕੇ ਦੇ ਜਿਹੜੇ ਨੇ ਕੰਮ ਗਲੋਰੀਫਾਈ ਕਰਨ ਵਾਸਤੇ, ਅੱਜ ਤੁਹਾਨੂੰ ਇਹ ਲੱਗਦਾ ਵੀ ਦੇਸ਼ ਦੀ ਸੱਤਾ ਜਿਹੜੀ ਆ ਮੁੜ ਕੇ ਫਿਰ ਅਸੀਂ ਕਾਬਜ਼ ਹੋ ਜਾਵਾਂਗੇ, ਅਸੀਂ ਜੋ ਕਰ ਸਕਦੇ ਹਾਂ ਅਸੀਂ ਸੰਸਦ ਬਦਲ ਲਈਏ, ਅਸੀਂ ਇੱਥੋਂ ਤੱਕ ਦੇਸ਼ ਦੇ ਕਾਨੂੰਨਾਂ ਦੇ ਵਿੱਚ ਵੀ ਬਦਲਾਅ ਕਰ ਦੇਣਾ ਹੈ। ਸੋ ਇਸ ਤਰੀਕੇ ਦੇ ਚੀਜ਼ਾਂ ਜਿਹੜੀਆਂ ਨੇ ਤੁਸੀਂ ਬਿਲਕੁਲ, ਮੈਂ ਇਸ ਗੱਲ ਨੂੰ ਮੰਨਦਾ ਹਾਂ ਵੀ ਤੁਸੀਂ 37% ਜਿਹੜੇ ਵੋਟ ਉਹ ਹਾਸਲ ਕਰ ਲਏ ਸੀ ਮੀਡੀਆ ਦੇ ਜ਼ਰੀਏ, ਪਰ ਮੈਨੂੰ ਲੱਗਦਾ ਵੀ ਮੀਡੀਆ ਦੇ ਨਾਲ ਨਾਲ ਹੁਣ ਲੋਕਾਂ ਨੂੰ ਵੀ ਜਾਗਰੂਕ ਹੋ ਜਾਣਾ ਚਾਹੀਦਾ ਹੈ, ਉਹਨਾਂ ਨੂੰ ਵੀ ਇਹ ਰੋਲ ਜਿਹੜਾ ਮੀਡੀਆ ਦਾ ਉਹ ਤੈਅ ਕਰ ਲੈਣਾ ਚਾਹੀਦਾ ਹੈ। ਜਿੱਥੇ ਤੱਕ ਵਾਲੀਆ ਸਾਹਿਬ ਤੁਸੀਂ ਸਵਾਲ ਚੱਕਿਆ ਸੀ ਵੀ ਸਿਆਸੀ ਪਾਰਟੀਆਂ ਦੇ ਜਿਹੜੇ ਆਪਣੇ ਚੈਨਲ ਨੇ, ਇਹ ਨੌਬਤ ਆਈ ਕਿਉਂ? ਕਿਉਂ ਸਿਆਸੀ ਪਾਰਟੀਆਂ ਨੂੰ ਆਪਣੇ ਚੈਨਲ ਜਿਹੜੇ ਨੇ ਉਹ ਕਰਨੇ ਪੈਂਦੇ ਨੇ? ਕਿਉਂ ਖੋਲ੍ਹਣੇ ਪੈਂਦੇ ਨੇ? ਕਿਉਂ ਇੱਕ ਮੀਡੀਆ ਪਰਸਨਸ ਨੂੰ ਨਾਲ ਲੈ ਕੇ ਤੁਰਨਾ ਪੈਂਦਾ? ਸੋ ਕਿਤੇ ਨਾ ਕਿਤੇ ਤਾਂ ਕੋਈ ਕਮੀਆਂ ਹੋਣਗੀਆਂ ਨਾ, ਮੀਡੀਆ ਦੇ ਵਿੱਚ ਕਮੀਆਂ ਹੋਣਗੀਆਂ। ਮੈਂ ਕਈ ਸ਼ਬਦ ਜਿਹੜੇ ਐਸੇ ਨੇ ਜਿਹੜੇ ਟੀਵੀ ਡਿਬੇਟ 'ਤੇ ਬਹਿ ਕੇ ਆਪਾਂ ਵਰਤ ਨਹੀਂ ਸਕਦੇ, ਪਰ ਤੁਸੀਂ ਭਲੀ ਭਾਂਤੀ ਸੀਨੀਅਰ ਜਰਨਲਿਸਟ ਤੋਂ ਔਰ ਤੁਸੀਂ ਜਾਣਦੇ ਹੋ ਜਿਵੇਂ ਪੇਡ ਨਿਊਜ਼, ਪੇਡ ਇੰਟਰਵਿਊਜ਼ ਜਿਹੜੀਆਂ ਹੋ ਰਹੀਆਂ ਨੇ ਉਹ ਹੁੰਦੀਆਂ ਨੇ ਔਰ ਪਿਛਲੇ ਟਾਈਮ ਦੇ ਵਿੱਚ ਹੋਈਆਂ ਨੇ, ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਹੈ ਉਹ ਘੱਟਾ ਪਾ ਕੇ ਵੋਟ ਵੀ ਹਾਸਲ ਕਰ ਲਏ ਗਏ ਨੇ।
ਸੋ ਇਸ ਕਰਕੇ ਮੈਂ ਤਾਂ ਬੇਨਤੀ ਬਿਲਕੁਲ ਠੀਕ ਹੈ ਤੁਹਾਡੇ ਦੇਖੋ ਤੁਹਾਡਾ ਹੱਕ ਬਣਦਾ ਹੈ ਸੈਂਪਲਾ ਜੀ ਆਪਣੀ ਜਸਟੀਫਿਕੇਸ਼ਨ ਦੇ ਦਿੰਦਾ ਪੈਸੇ ਮੈਂ ਇਕੱਲੀ ਤੁਹਾਡੀ ਪਾਰਟੀ ਨਹੀਂ ਮੇਰੇ ਕੋਲ ਪੂਰੀ ਲਿਸਟ ਹੈ ਜਿਹੜੀਆਂ ਪੋਲੀਟੀਕਲ ਪਾਰਟੀ ਦੇ ਅਖਬਾਰ ਤੇ ਚੈਨਲ ਨੇ ਈਵਨ ਕਾਂਗਰਸ ਦਾ ਨੈਸ਼ਨਲ ਹਰਡ ਹੁਣ ਤੱਕ ਅਖਬਾਰ ਚੱਲਦਾ ਰਿਹਾ ਲੈਫਟਿਸਟ ਦੇ ਅਖਬਾਰ ਨਵਾਂ ਜਮਾਨਾ ਹੁਣ ਪੰਜਾਬ ਚ ਹੁਣ ਤੱਕ ਚੱਲ ਰਿਹਾ ਇਹ ਤਾਂ ਕੋਈ ਏਡੇ ਕੋਈ ਮਿਹਨੇ ਵਾਲੀ ਲਾਂਭੇ ਵਾਲੀ ਗੱਲ ਨਹੀਂ ਪਰ ਸੱਚ ਇਹੀ ਹੈ ਕਿ ਇਸ ਤਰ੍ਹਾਂ ਚੱਲ ਰਿਹਾ ਅਖੀਰ ਦੇ ਵਿੱਚ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ ਦੋ ਢਾਈ ਮਿੰਟ ਚ ਕੰਕਲੂਡ ਕਰ ਦਿਓ ਜੀ ਅੱਜ ਦਾ ਪ੍ਰੋਗਰਾਮ ਵਾਲੀਆ ਸਾਹਿਬ ਜੇ ਅੱਜ ਦੀ ਲੋਕ ਸਭਾ ਦੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਨੈਸ਼ਨਲ ਚੈਨਲ ਜਾਂ ਲੋਕਲ ਚੈਨਲ ਦੇ ਉੱਪਰ ਡਿਬੇਟ ਚੱਲਦੀ ਹੈ ਉਹਨਾਂ ਚੋਂ ਇਹ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦੇ ਹਾਂ ਕਿ 90% ਚੈਨਲਸ ਦੀ ਡਿਬੇਟ ਦੇ ਵਿੱਚੋਂ ਜਿਹੜੇ ਸਾਡੇ ਮੁਲਕ ਦੇ ਰਾਸ਼ਟਰੀ ਪੱਧਰ ਦੇ ਕੋਰ ਇਸ਼ੂ ਹੈ ਉਹ ਕਿਤੇ ਨਾ ਕਿਤੇ ਡਿਬੇਟ ਚੋਂ ਗੈਰ ਹਾਜ਼ਰ ਹੈ ਉਹਨਾਂ ਦੇ ਵਿੱਚੋਂ ਜੇ ਪ੍ਰਮੁੱਖ ਤੌਰ ਤੇ ਗੱਲ ਕਰੀਏ ਸਾਡੇ ਆਰਥਿਕ ਇਸ਼ੂ ਕੀ ਹੈ ਸਾਡਾ ਡਿਵੈਲਪਮੈਂਟ ਪਲਾਨ 25 ਸਾਲ ਦਾ ਕੀ ਹੈ ਸਾਡੀ ਜਿਹੜੀ 5-year ਪਲੈਨਿੰਗ ਪਹਿਲਾਂ ਚੱਲਦੀ ਰਹੀ ਹੈ ਉਹਨੂੰ ਕਿਵੇਂ ਕੰਟੀਨਿਊ ਕਰਨਾ ਹੈ ਅਸੀਂ ਗਰੀਬੀ ਦੀ ਰੇਖਾ ਤੋਂ ਅੱਗੇ ਲਿਜਾਣ ਵਾਸਤੇ ਕੀ ਕਰਨਾ ਹੈ ਇੰਪਲਾਇਮੈਂਟ ਦੇ ਜਿਹੜੇ ਅਸੀਂ ਗੋਲ ਪਿਛਲੇ ਇਲੈਕਸ਼ਨ ਵੇਲੇ ਰੱਖੇ ਸੀ ਉਹਨਾਂ ਚੋਂ ਕਿੰਨੇ ਅਚੀਵ ਹੋ ਗਏ ਕਿੰਨੇ ਅੱਗੇ ਹੋਣਗੇ ਪਰ ਕੈਪਟਾ ਇਨਕਮ GDP ਦਾ ਸਿਸਟਮ ਕੀ ਹੈ ਜਿਹੜਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ ਮਸਲਾ ਸੀ ਉਹ ਕਿੱਥੇ ਜੇ ਰੁਕਿਆ ਹੋਇਆ ਹੈ ਸਾਡੀ ਫੋਰਨ ਪਾਲਿਸੀ ਕੀ ਹੈ ਸਾਡਾ ਜਿਹੜਾ ਗੁਆਂਢੀ ਦੇਸ਼ਾਂ ਦੇ ਨਾਲ ਸੰਬੰਧ ਹੈ ਉਹ ਕਿੰਨੇ ਸੁਧਰੇ ਹੈ ਇਹ ਸਾਰੇ ਜਿਹੜੇ ਕੋਰ ਇਸ਼ੂ ਹੈ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਸਮਾਜ ਦੇ ਕੋਰ ਇਸ਼ੂ ਕਹਿ ਸਕਦੇ ਹਾਂ ਇਹ ਕਿਤੇ ਨਾ ਕਿਤੇ ਸੈਕੰਡ ਲਾਈਨ ਦੇ ਵਿੱਚ ਹੈ ਜਾਂ ਡਿਬੇਟ ਦਾ ਪਾਰਟ ਨਹੀਂ ਬਣਦੇ ਜਾਂ ਸਿਰਫ ਕ੍ਰੋਸ ਰੈਫਰੈਂਸ ਦੇ ਤੌਰ ਤੇ ਆਉਂਦੇ ਹੈ ਜ਼ਿਆਦਾ ਤੌਰ ਤੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਕੀ ਹੋ ਰਿਹਾ ਸਾਰੀਆਂ ਦੇ ਵਿੱਚ ਉਹ ਪਾਰਟੀਆਂ ਬਹੁਤੇ ਆਪਣੇ ਮੈਂਬਰਸ ਦੇ ਜਾਂ ਨੇਤਾਵਾਂ ਤੇ ਕੇਂਦਰਿਤ ਹੋਣ ਦੀ ਬਜਾਏ ਵਿਅਕਤੀ ਕੇਂਦਰਿਤ ਹੋ ਰਹੀਆਂ ਜੇ ਕਾਂਗਰਸ ਵੱਲੋਂ ਵੀ ਨੈਸ਼ਨਲ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਕੋਈ ਨਿਊਜ਼ ਬਣਦੀ ਹੈ ਕਦੇ ਨੈਸ਼ਨਲ TV ਦੇ ਉੱਪਰ ਉਹ ਸਿਰਫ ਰਾਹੁਲ ਗਾਂਧੀ ਦੇ ਉੱਪਰ ਬਣਦੀ ਹੈ ਜਾਂ ਇਧਰੋਂ ਮੋਦੀ ਸਾਹਿਬ ਦੇ ਉੱਪਰ ਬਣਦੀ ਹੈ ਉਹ ਜਿਹੜਾ ਕੇਂਦਰੀਕਰਨ ਦੇ ਵਿੱਚੋਂ ਐਵੇਂ ਲੱਗਦਾ ਕਿ ਜਿਵੇਂ ਬਾਕੀ ਬਹੁਤ ਸਾਰੀਆਂ ਸਟੇਟਾਂ ਦੇ ਲੀਡਰ ਜਾਂ ਦੂਜੇ ਲੋਕਾਂ ਦਾ ਪੁਆਇੰਟ ਆਫ ਵਿਊ ਕਿਧਰੇ ਨਾ ਕਿਧਰੇ ਇਸ ਲੋਕ ਸਭਾ ਚੋਣਾਂ ਦੇ ਵਿੱਚ ਮੀਡੀਆ ਦੇ ਵਿੱਚੋਂ ਗੈਰ ਹਾਜ਼ਰ ਨਜ਼ਰ ਆਉਂਦਾ ਇਸ ਕਰਕੇ ਇਸ ਨੂੰ ਮੈਂ ਇਸ ਰੂਪ ਦੇ ਵਿੱਚ ਦੇਖ ਬਿਲਕੁਲ ਤੁਸੀਂ ਕਾਫੀ ਹੱਦ ਤੱਕ ਜਿਹੜੇ ਇਸ਼ੂਜ਼ ਦੀ ਗੱਲ ਕੀਤੀ ਹੈ ਇਹ ਜਿਹੜੇ ਮੁੱਦੇ ਨੇ ਨਾ ਸੱਚਮੁੱਚ ਹੀ ਗੈਰ ਹਾਜ਼ਰ ਨੇ ਔਰ ਜਿਸ ਤਰੀਕੇ ਨਾਲ ਸਾਡੇ ਹੀਰੋ ਬੈਸ਼ਪ ਹੋਣ ਵਾਲੀ ਗੱਲ ਜਿਹੜੀ ਹੈ ਉਹ ਹੈ ਉਹ ਹੈ ਚੜੀ ਨਵੀਂ ਪਾਰਟੀ ਹੈ ਆਮ ਆਦਮੀ ਪਾਰਟੀ ਚ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਪੂਰਾ 30 ਦਿਨ ਹੋ ਗਏ ਕੇਜਰੀਵਾਲ ਸਾਹਿਬ ਅੰਦਰ ਗਿਆ ਨੂੰ ਤੇ ਆਪਾਂ ਨੂੰ ਉਹਦੇ ਚ ਵੀ ਪਤਾ ਲੱਗੇ ਵੀ ਕੌਣ ਦੂਜਾ ਨੰਬਰ 2 ਤੇ ਕੌਣ ਹੈ ਵੈਸੇ ਕੋਈ ਨੀ ਜੇ ਹੈ ਤਾਂ ਫਿਰ ਪਰਿਵਾਰ ਚੋਂ ਸੁਨੀਤਾ ਕੇਜਰੀਵਾਲ ਨੇ ਇਹ ਸਾਰੇ ਕਿਤੇ ਇਹ ਚੱਲ ਰਿਹਾ ਹੈ ਤੋ ਜਿਹੜੀ ਗੱਲ ਤੁਸੀਂ ਕੀਤੀ ਹੈ ਇਸ਼ੂ ਜਿਹੜੇ ਨੇ ਮੁੱਦਿਆਂ ਦੀ ਸਿਆਸਤ ਲੈ ਕੇ ਆਉਣੀ ਚਾਹੀਦੀ ਸੀ ਉਹ ਨਹੀਂ ਬਲਕਿ ਮੁੱਦਿਆਂ ਨੂੰ ਇੱਕ ਪਾਸੇ ਡਾਇਵਰਟ ਕਿਵੇਂ ਕਰਨਾ ਹੈ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਕਿਵੇਂ ਕਰਨਾ ਹੈ ਉਹ ਸਿਆਸਤ ਜ਼ਿਆਦਾ ਚੱਲ ਰਹੀ ਹੈ ਉਹ ਇੱਕ ਜ਼ਿਆਦਾ ਵਧੀਆ ਹੁੰਦਾ ਜਿਹੜਾ ਕੋਈ ਹੋਰ ਐਸਾ ਪ੍ਰੋਗਰਾਮ ਲੈ ਆਵੇ ਜਦੋਂ ਕੋਈ ਬਹੁਤ ਵੱਡੇ ਮੁੱਦੇ ਤੇ ਗੱਲ ਹੋਣੀ ਹੋਵੇ ਤੇ ਉਹ ਕੋਈ ਫਿਲਮੀ ਜਾਂ ਪੇਜ 3 ਜਰਨਲਿਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਰਨ ਲੱਗ ਜੇ ਇਸ ਤਰ੍ਹਾਂ ਦੇ ਐਂਕਰ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਬਈ ਕਮਾਲ ਕਰਤੀ ਤੂੰ ਅੱਜ ਆ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਤਾ ਲੋਕਾਂ ਤੋਂ ਮੁੱਦਿਆਂ ਦਾ ਧਿਆਨ ਹਟਾਉਣਾ ਖ਼ਬਰਾਂ ਨੂੰ ਦਬਾਉਣ ਦੀ ਜਿਹੜੀ ਰਾਜਨੀਤੀ ਹੈ ਉਹ ਵੀ ਇਸ ਇਲੈਕਸ਼ਨ ਚ ਦੇਖਣ ਨੂੰ ਮਿਲਦੀ ਹੈ ਲੇਕਿਨ ਆਪਾਂ ਅਖੀਰ ਚ ਇੱਕ ਲਾਈਨ ਚ ਗੱਲ ਖਤਮ ਕਰਨੀ ਹੋਵੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਪੈਸੇ ਦਾ ਰੋਲ ਹੈ ਜਿੱਥੇ ਪਾਰਟੀਆਂ ਦਾ ਰੋਲ ਹੋਣੀ ਹੈ ਪਾਰਟੀਆਂ ਤਾਂ ਲੜ ਹੀ ਰਹੀਆਂ ਨੇ ਉਹਦੇ ਚ ਬਾਕੀ ਉਹਨਾਂ ਦੇ ਹਥਿਆਰ ਕਿਹੜੇ ਕਿੰਨੇ ਸਭ ਤੋਂ ਵੱਡਾ ਹਥਿਆਰ ਤਾਂ ਪੈਸਾ ਹੁੰਦਾ ਤੇ ਪੈਸੇ ਤੋਂ ਬਾਅਦ ਦੂਜਾ ਹਥਿਆਰ ਜਿਹੜਾ ਹੈਗਾ
ਇਹ ਮੀਡੀਆ ਹੈ ਤੇ ਜਿਹੜੀ ਵਿਚਾਰਧਾਰਾ ਤੇ ਮੁੱਦਿਆਂ ਤੇ ਲੜਾਈ ਹੋਣੀ ਚਾਹੀਦੀ ਹੈ ਉਹ ਤੀਜੇ ਚੌਥੇ ਪੰਜਵੇਂ ਨੰਬਰ ਤੇ ਚਲੀ ਗਈ। ਹਾਲ ਦੀ ਘੜੀ ਇਹ ਨਜ਼ਰ ਆਉਂਦਾ ਹੈ। ਸੋ ਤੁਸੀਂ ਸਾਰੇ ਆਏ, ਡਾਕਟਰ ਸਤਰਾਮ ਸਿੰਘ ਸੰਧੂ ਸਾਹਿਬ, ਰਵਿੰਦਰ ਸਿੰਘ ਸੈਂਪਲਾ ਜੀ, ਬਲਵਿੰਦਰ ਸਿੰਘ ਜੀ ਐਡਵੋਕੇਟ ਖੜਿਆਲ ਸਾਹਿਬ, ਪ੍ਰਿਤਪਾਲ ਸਿੰਘ ਬਲੀਵਾਲ ਸਾਹਿਬ, ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਚ ਕਰਦੇ ਹਾਂ ਮੁਲਾਕਾਤ। ਧੰਨਵਾਦ। ਚਰਚਾ।